ਸਾਨੂੰ ਇੰਨੀ ਸਮਝ ਹੈਗੀ ਹੈ ਕਿ ਇਹ ਲੜਾਈ ਹੁਣ ਚੌਧਰਾਂ ਦੀ ਨਹੀਂ ਸਾਡੀ ਮਿਟ ਰਹੀ ਹੋਂਦ ਕੌਮ ਅਤੇ ਪੰਜਾਬ ਦੇ ਉੱਤੇ ਮੰਡਰਾ ਰਹੇ ਸੰਕਟਾਂ ਦੀ ਹੈ। ਜਿਹੜੇ ਤੁਹਾਨੂੰ ਟਾਰਗੇਟ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਵੀ ਇਹ ਤਾਂ ਕਾਮਰੇਡ ਸੀਗੇ, ਇਹ ਤਾਂ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਦੇ ਬਾਰੇ ਬੋਲੇ, ਉਹ ਕੇਸਰੀ ਨਿਸ਼ਾਨ ਦੇ ਬਾਰੇ ਬੋਲੇ, ਹੁਣੇ ਉਹੀ ਗੱਲ ਕਰਦੇ ਆ। ਇਹਨਾਂ ਨੂੰ ਤਾਂ ਬੀਜੇਪੀ ਨੇ ਬਿਠਾਇਆ ਹੈਗਾ। ਹੁਣ ਲੋਕ ਜਿਹੜਾ ਕਾਮਰੇਡੀ ਦਾ ਫਲਸਫਾ ਜਾਣਦੇ ਆ, ਉਹ ਸਿਰਫ ਕਾਰਲ ਮਾਰਕਸ ਤੱਕ ਨੂੰ ਜਾਣਦੇ ਆ। ਕਾਰਲ ਮਾਰਕਸ ਕੱਲਾ ਕਿਰਤ ਕਰੋ ਤੇ ਵੰਡ ਛਕੋ ਨੂੰ ਕੀ ਆ, ਮੂਹਰੇ ਰੱਖ ਕੇ ਚੱਲਦਾ। ਤੁਸੀਂ ਇਹ ਕਹਿੰਦੇ ਵੀ ਤੁਸੀਂ ਪੂਰੇ ਕਾਮਰੇਡ ਹੋ, ਤਾਂ ਹੀ ਗੱਲ ਕਰਦੀ ਕਿ ਕਮਜ਼ੋਰ ਲੱਤਾਂ ਵਾਲਾ ਇੱਥੇ ਬੰਦਾ ਆ ਨਹੀਂ ਸਕਣਾ, ਤੇ ਜਿਹੜਾ ਆਊਗਾ ਉਹਦੇ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਹੋਣਗੇ। ਤੁਹਾਡੀਆਂ ਲੱਤਾਂ ਤਾਂ ਨਹੀਂ ਕਮਜ਼ੋਰ ਹੋਣਗੀਆਂ। ਸਾਨੂੰ ਕੀ ਆ, ਜਿਵੇਂ ਤੁਸੀਂ ਗੱਲ ਕੀਤੀ ਕਿ ਲੋਕ ਲਾਂਚਣ ਲਾਉਂਦੇ ਆ ਸਾਡੇ ਤੇ 100 ਕਮੈਂਟ ਕਰਦੇ, ਸਾਨੂੰ ਕਿਸੇ ਦੀ ਪਰਵਾਹ ਨਹੀਂ। ਤੁਹਾਡਾ ਇੱਕ ਨਿੱਜੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਆਉਂਦਾਗਾ, ਉੱਥੇ ਤੁਸੀਂ ਜੋਗਿੰਦਰ ਸਿੰਘ ਅਗਰਾਹਾਂ ਦੀ ਵੀ ਗੱਲ ਕਰਦੇ ਆ, ਫਿਰ ਜਿਹੜੀ ਉਹ ਘੁਮਾ ਕੇ ਸ਼ੱਕ ਦੀ ਸੂਈ ਤੁਹਾਡੇ ਦੋਨਾਂ ਤੇ ਆ ਕੇ ਖੜ ਜਾਂਦੀ ਆ ਵੀ ਇਹ ਫੇਰ ਕੋਈ ਨਾ ਕੋਈ ਗੱਲ ਕਰ ਰਹੇ ਨੇ, ਪੁੱਠੀ ਸਿੱਧੀ ਕੁਝ ਵੀ। ਉਹਨਾਂ ਦੇ ਮਗਰ ਲੱਗੇ ਹੋਏ ਜਿੰਨੇ ਵੀ ਬੰਦੇ ਨੇ, ਉਹਨਾਂ 'ਚੋਂ ਇੱਕ ਵੀ ਬੰਦਾ ਨਹੀਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਕਰਦਾ ਹੋਵੇ, ਜਿਹੜਾ ਅੱਜ ਪੰਜਾਬ ਦਾ ਪੁੱਤ ਨਹੀਂ, ਠੀਕ ਹੈ, ਉਹ ਕੱਲ੍ਹ ਨੂੰ ਵੀ ਪੰਜਾਬ ਦਾ ਪੁੱਤ ਨਹੀਂ। ਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਦੀ ਕਰਦੇ ਆ, ਇਸੇ ਹੀ ਸਟੇਜ 'ਤੇ ਉਹਨਾਂ ਨੇ ਤਕਰੀਰ ਕਰਦੇ ਅਗਰਾਹਾਂ ਦੀ ਸਟੇਟਮੈਂਟ ਨੂੰ ਲੈ ਕੇ ਉਹਨਾਂ ਨੇ ਕਹਿਤਾ ਵੀ ਉਹ ਤਾਂ ਉਹ ਨੇ ਜਿਹੜੇ ਹੋਰਾਂ ਲਈ ਤਾਂ ਮੰਗ ਰਹੇ ਨੇ, ਪਰ ਜਿਹੜੇ ਸਾਡੇ ਭਰਾ ਬੈਠੇ ਨੇ ਅੰਦਰ ਬੰਦੀ ਸਿੰਘ, ਉਹਨਾਂ ਲਈ ਨਹੀਂ ਮੰਗ ਰਹੇ। ਵੀ ਉਹ ਲੋਕ ਕਹਿੰਦੇ ਵੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਵੀ ਇਦਾਂ ਕਿਉਂ ਹੋਇਆ ਗਾ, ਜੇ ਇੱਕ ਪਰਿਵਾਰ ਕੁਛ ਗੜਬੜ ਕਰ ਰਿਹਾ ਤਾਂ ਇਹ ਤਾਂ ਨਹੀਂ ਵੀ ਧਾਮੀ ਸਾਹਿਬ ਵੀ ਗਲਤ ਹੋਣ। ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੇ ਗਲਤੀ ਕੀਤੀ, ਆਪਾਂ ਉਹਦੇ ਨਾਲ ਗਲਵੱਕੜੀ ਪਾਉਣੀ ਹੈ। ਹੁਣ ਗਲਵੱਕੜੀ ਕਿਵੇਂ ਪੈਂਦੀ ਹੈ? ਪਹਿਲਾਂ ਤਾਂ ਉਹ ਗਲਤੀ ਦਾ ਅਹਿਸਾਸ ਕਰੇ, ਨੰਬਰ 2 ਤੇ ਉਹ ਗਲਤੀ ਨੂੰ ਮੰਨੇ, ਸੰਗਤ ਤੋਂ ਮਾਫੀ ਮੰਗੇ, ਪਰਿਵਾਰ ਦੇ ਮੁਖੀ ਤੋਂ। ਮੁਖੀ ਕੌਣ ਹੈ? ਸੰਗਤ ਹੈ। ਜਿਹੜਾ ਉਹ ਹੋਇਆ, ਮੈਂ ਕਹਿਣਾ ਕਿ ਸਾਡਾ ਮੋਰਚਾ ਸ਼ੱਕੀ ਹੋਣ ਤੋਂ ਵੀ ਬਚ ਗਿਆ। ਇੱਕ ਉਹ ਲੋਕ ਜਿਨ੍ਹਾਂ ਨੇ ਗਲਤੀਆਂ ਨਹੀਂ ਬਲਕਿ ਗੁਨਾਹ ਕੀਤੇ ਨੇ। ਗ੍ਰੰਥ ਲਿਖੇ ਸਹਿਮਤ ਹੋ ਵੀ ਅਕਾਲੀ ਦਲ ਬਾਦਲ ਇਸ ਮੋਰਚੇ ਨੂੰ ਖੇਰੂ ਖੇਰੂ ਕਰਨਾ ਚਾਹੁੰਦਾ, ਇਦਾਂ ਦੀ ਹੈ ਗੱਲ ਕੋਈ? ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ, ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ। ਕੌਮੀ ਮੋਰਚੇ ਦੀ ਜੇ ਗੱਲ ਕਰਦੇ ਹਾਂ, ਪੰਜਾਬ ਦੀ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕ ਸੋਚ ਰਹੇ ਨੇ ਇਸ ਮੋਰਚੇ ਨੂੰ, ਜਾਂ ਇਸ ਮੋਰਚੇ ਤੋਂ ਜੇ ਬਾਹਰਲੀ ਗੱਲ ਕਰਦੇ ਹਾਂ, ਪੰਜਾਬ ਬਹੁਤ ਕੁਛ ਸੋਚ ਰਿਹਾ ਗਾ। ਹਾਲਾਂਕਿ ਕਿਸਾਨੀ ਅੰਦੋਲਨ ਤੋਂ ਬਾਅਦ ਹੀ ਪੰਜਾਬ ਜਿਹੜਾ ਗਾ ਉਹ ਬਹੁਤ ਕੁਛ ਸੋਚਣ ਲੱਗ ਗਿਆ, ਪਰ ਅੱਜ ਅਸੀਂ ਕੌਮੀ ਮੋਰਚੇ ਦੀ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਸਿੰਘ ਜੀ ਅਤੇ ਬਲਵਿੰਦਰ ਸਿੰਘ। ਇਹਨਾਂ ਦੇ ਨਾਲ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਗੱਲਾਂ 'ਤੇ ਲੋਕ ਸੋਚ ਰਹੇ ਨੇ, ਅਤੇ ਜਿਹੜੇ ਲੋਕ ਹਜੇ ਇੱਥੋਂ ਤੱਕ ਆਉਣ 'ਤੇ ਵੀ ਇਹ ਕਹਿ ਰਹੇ ਨੇ ਵੀ ਸਾਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਕੌਮ ਦੀ ਗੱਲ ਆ, ਆਉਣਾ ਸਭ ਨੂੰ ਚਾਹੀਦਾ, ਪਰ ਲੋਕਾਂ ਦੇ ਵਿੱਚ ਜਿਹੜੀ ਸ਼ੰਕਾ ਗਈ ਉਹ ਕਿਸ ਗੱਲ ਦੀ ਆ? ਰੁਪਿੰਦਰ ਜੀ ਸਵਾਗਤ ਆ, ਬਲਵਿੰਦਰ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਤੁਹਾਡਾ। ਜੀ ਰੁਪਿੰਦਰ ਜੀ, ਪਹਿਲਾ ਸਵਾਲ ਤੁਹਾਨੂੰ ਹੀ ਆ ਮੇਰਾ, ਕੀ ਲੱਗਦਾ ਗਾ ਜਿਹੜੇ ਲੋਕ ਹਜੇ ਵੀ ਸ਼ੰਕਾ ਦੇ ਵਿੱਚ ਆ, ਹਾਲਾਂਕਿ ਸ਼ੰਕਾ ਹੋਣੀ ਨਹੀਂ ਚਾਹੀਦੀ ਕਿਸ ਗੱਲ ਦੀ, ਤੁਹਾਨੂੰ ਕੀ ਲੱਗਦਾ ਗਾ ਉਹ ਗੁਲਝਣ ਤਾਲੀ ਜਿਹੜੀ ਪਈ ਵੀ ਆ, ਉਹ ਕਿਸ ਕਰਕੇ ਆ? ਉਹ ਬਣਾ ਦਿੱਤਾ ਗਿਆ ਸਿਸਟਮ ਨੇ ਵੀ ਉਹਦੇ ਵਿੱਚ ਆਪਾਂ ਜਾਲ ਦੇ ਵਿੱਚ ਫਸੇ ਵੇ ਹਾਂ, ਕਿ ਹਜੇ ਕੁਛ ਹੋਰ ਚੀਜ਼ਾਂ ਆਈਆਂ ਵੀ ਲੋਕ ਕਹਿੰਦੇ ਆ ਵੀ ਮੋਰਚਿਆਂ ਦੇ ਵਿੱਚੋਂ ਉਵੇਂ ਨਹੀਂ ਚੀਜ਼ ਪੋਜ਼ਿਟਿਵ ਨਿਕਲਦੀ ਜਿਵੇਂ ਨਿਕਲਣੀ ਚਾਹੀਦੀ ਆ, ਉਹਦੇ ਕਰਕੇ ਆ? ਸਭ ਤੋਂ ਵੱਡੀ ਗੱਲ ਤਾਂ ਬਈ ਜੀ ਇਹ ਆ ਕਿ ਇਹ 'ਚ ਲੋਕ ਦੋਸ਼ੀ ਨਹੀਂ ਹੈਗੇ, ਲੋਕਾਂ ਦਾ ਜਿਹੜਾ ਸ਼ੰਕ ਆ ਉਹ ਦਰੁਸਤ ਹੈ, ਕਿਉਂਕਿ ਅੱਜ ਤੱਕ ਅਸੀਂ ਮੁੱਢ ਤੋਂ ਦੇਖਦੇ ਤੁਰੇ ਆਏ ਹਾਂ ਵੀ ਪਹਿਲਾਂ ਜਿਹੜੇ ਮੋਰਚੇ ਲੱਗਦੇ ਰਹੇ ਆ ਉਹਦੇ 'ਚ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਤਾਂ ਆਏ, ਕਿਉਂਕਿ ਉਹਨਾਂ ਮੋਰਚਿਆਂ ਨੇ ਕੋਈ ਤਣ ਪੱਤਨ ਨਹੀਂ ਲਾਇਆ ਕੌਮ ਨੂੰ, ਚਾਹੇ ਉਹ ਬਹਿਬਲ ਕਲਾਂ ਦਾ ਹੋਵੇ, ਬਗਰਾੜੀ ਦਾ ਹੋਵੇ, ਬੇਸ਼ੱਕ ਉਹਨਾਂ ਦੀਆਂ ਥੋੜੀਆਂ ਬਹੁਤੀਆਂ ਪ੍ਰਾਪਤੀਆਂ ਰਹੀਆਂ, ਪਰ ਕੌਮ ਸੰਤੁਸ਼ਟ ਨਹੀਂ ਹੋਈ। ਇਸੇ ਕਰਕੇ ਕੀ ਆ ਵੀ ਕੌਮ ਨੂੰ ਕੀ ਆ ਇਹ ਬੇਭਰੋਸਗੀ ਜਿਹੜੀ ਅੱਜ ਸਮਾਜ ਦੇ ਵਿੱਚ ਫੈਲੀ ਹੋਈ ਆ ਉਹਦੇ ਲੋਕ ਵੀ ਸ਼ਿਕਾਰ ਨੇ। ਇਸੇ ਕਰਕੇ ਅਸੀਂ ਇਸ ਮੋਰਚੇ ਤੋਂ ਵਾਰ ਵਾਰ ਅਪੀਲ ਕਰਦੇ ਕਿ ਇੱਕ ਵਾਰ ਇੱਕ ਗੇੜਾ ਕੱਢ ਕੇ ਜਾਓ, ਤਾਂ ਕਿ ਤੁਹਾਨੂੰ ਸਮਝ ਆ ਸਕੇ, ਕਿਉਂਕਿ ਹਰ ਬੰਦਾ ਦੇਖੋ ਗੁਰੂ ਗ੍ਰੰਥ ਸਾਹਿਬ 'ਤੇ ਹਰ ਬੰਦਾ ਯਕੀਨ ਕਰਦਾ, ਅਤੇ ਇਸ ਮੋਰਚੇ ਦੇ ਆਗੂ ਗੁਰੂ ਗ੍ਰੰਥ ਸਾਹਿਬ ਨੇ। ਅੱਜ ਤੱਕ ਅਸੀਂ ਪ੍ਰਗਟ ਗੁਰਾਂ ਕੀ ਦੇਹ ਕਹਿੰਦੇ ਤੁਰੇ ਆਏ ਹਾਂ ਪਰ ਮੰਨਿਆ ਨਹੀਂ, ਪਰ ਇਸ ਮੋਰਚੇ ਦੇ ਵਿੱਚ ਪ੍ਰਗਟ ਗੁਰਾਂ ਕੀ ਦੇਹ ਉਹਨਾਂ ਨੂੰ ਮੰਨਿਆ ਵੀ ਜਾ ਰਿਹਾ ਅਤੇ ਅਗਵਾਈ ਵੀ ਉਹਨਾਂ ਤੋਂ ਲਈ ਜਾ ਰਹੀ ਆ। ਦੇਖੋ ਆਗੂ ਉਹ ਹੁੰਦਾ ਜਿਹਦੇ ਕੋਲ ਹਰ ਸਵਾਲ ਦਾ ਜਵਾਬ ਹੋਵੇ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਕੋਲੇ ਹਰ ਸਵਾਲ ਦਾ ਜਵਾਬ ਆ। ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿਹਾ ਕਿ ਹੋ ਇਕੱਤਰ ਮਿਲੋ ਮੇਰੇ ਭਾਈ, ਦੋਧਾ ਦੂਰ ਕਰੋ ਲਿਵਲਾਈ। ਸਾਡੇ ਗੁਰੂ ਨੇ ਕਿਹਾ ਜੇ ਦੋਧਾ ਦੇ ਵਿੱਚੋਂ ਤਾਂ ਇਕੱਠੇ ਹੋ ਜਾਓ। ਉਸੇ ਚੀਜ਼ ਨੂੰ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਆਵਾਜ਼ ਮਾਰੀ, ਜੇਲ੍ਹ 'ਚੋਂ ਬੈਠੇ ਸਾਡੇ ਕੌਮ ਦੇ ਜਰਨੈਲ ਨੇ, ਭਾਈ ਸਾਹਿਬ ਦੇ ਕਲਾਸਮੇਟ ਵੀ ਰਹੇ ਨੇ, ਉਹ ਇਕੱਠੇ ਰਹੇ ਨੇ, ਹੋਸਟਲਮੇਟ ਰਹੇ ਨੇ, ਤਾਂ ਜਦੋਂ ਸਾਨੂੰ ਉਹਨਾਂ ਦਾ ਨਿੱਜੀ ਤੌਰ 'ਤੇ ਸੁਨੇਹਾ ਆਇਆ, ਤਾਂ ਅਸੀਂ ਫਿਰ ਲਗਾਤਾਰ ਉਹਨਾਂ ਦੇ ਜਿਹੜਾ ਸੁਨੇਹਾ ਲੱਗਿਆ ਸੀ ਉਹਨੂੰ ਲੈ ਕੇ ਪੂਰੇ ਪੰਜਾਬ ਦੇ ਹਰ ਆਗੂ ਕੋਲੇ ਗਏ ਜੀ, ਕਿਉਂਕਿ ਉਹਨਾਂ ਦਾ ਸੁਨੇਹਾ ਇਹੀ ਸੀ ਕਿ ਕਿਸੇ ਵੀ ਸਿੱਖ ਆਗੂ ਨੂੰ ਜਿਹੜਾ ਕੌਮ ਦਾ ਪਹਿਲਾਂ ਸਰਪ੍ਰਸਤੀ ਕਰਦੇ ਰਹੇ ਆ ਜਾਂ ਅਗਵਾਈ ਕਰਦੇ ਰਹੇ ਆ, ਉਹਨਾਂ ਹਰ ਕੋਲੇ ਜਾਣਾ। ਹਰ ਕੋਲੇ ਜਾ ਕੇ ਅਸੀਂ ਬੇਨਤੀ ਜੋਦੜੀ ਕੀਤੀ ਕਿ ਕੌਮ ਦੇ ਮਸਲੇ ਅਧੂਰੇ ਪਏ ਨੇ, ਇਹਨਾਂ ਨੂੰ ਹੱਲ ਕਰਾਉਣ ਵਾਸਤੇ ਅਸੀਂ ਇੱਕ ਪੱਕਾ ਮੋਰਚਾ ਲਾਈਏ, ਜਿਵੇਂ ਕਿਸਾਨੀ ਅੰਦੋਲਨ 'ਚ ਲਾਈਨ ਖਿੱਚ ਕੇ ਲੜਾਈ ਲੜੀ ਗਈ, ਕਿਉਂਕਿ ਹੁਣ ਦੇਖੋ ਲੋਕਾਂ ਨੂੰ ਇੱਕ ਗੱਲ ਸਮਝ ਆ ਗਈ ਆ ਕਿ ਲਾਈਨ ਖਿੱਚੇ ਬਿਨਾਂ ਹੁਣ ਮਸਲੇ ਹੱਲ
ਇਹ ਲੋਕਾਂ ਨੇ ਫੈਸਲਾ ਕਰਨਾ, ਹਰ ਇੱਕ ਚੀਜ਼ ਦਾ ਫੈਸਲਾ ਇੱਥੇ ਲੋਕ ਕਰ ਰਹੇ ਨੇ, ਕਿਉਂਕਿ ਸੰਗਤ ਨੂੰ ਅਸੀਂ ਆਗੂ ਮੰਨਿਆ ਹੋਇਆ। ਦੇਖੋ ਦੋ ਤਰੀਕੇ ਹੁੰਦੇ ਆ ਕੋਈ ਵੀ ਮੋਰਚਾ ਲਾਉਣ ਦੇ, ਜਾਂ ਤਾਂ ਆਗੂ ਇਕੱਠੇ ਹੋ ਜਾਣ ਜਾਂ ਸੰਗਤ ਇਕੱਠੀ ਹੋ ਜਾਏ। ਆਗੂ ਨਹੀਂ ਇਕੱਠੇ ਹੋਏ, ਭਾਈ ਹਵਾਰਾ ਜੀ ਨੇ ਕਿਹਾ ਸੀਗਾ ਅਸੀਂ ਉਹਨਾਂ ਦਾ ਸੁਨੇਹਾ ਲੈ ਕੇ ਗਏ, ਹਾਲਾਂਕਿ ਅਸੀਂ ਉਦੋਂ 3 ਸਾਲ ਪਹਿਲਾਂ ਲੋਕ ਅਧਿਕਾਰ ਲਹਿਰ ਵੱਲੋਂ ਵੀ ਇਹ ਕੋਸ਼ਿਸ਼ ਕਰਦੇ ਰਹੇ ਹਾਂ, ਪਰ ਸਾਨੂੰ ਇਹ ਗੱਲ ਦਾ ਯਕੀਨ ਸੀ। ਭਾਈ ਹਵਾਰਾ ਜੀ ਨੇ ਵੀ ਕਿਹਾ ਤਾਂ ਉਹਨਾਂ ਦੇ ਕਹਿਣ 'ਤੇ ਗਏ, ਚਲੋ ਹਰ ਇੱਕ ਦਾ ਵਹਿਮ ਵੀ ਨਿਕਲਿਆ, ਜਿਹੜੇ ਹੋਰ ਵੀ ਕੁਛ ਸਰਜਣਗੀਆਂ ਨਾਲ ਤੁਰੇ ਸੀ ਤਾਂ ਉਹਨਾਂ ਨੂੰ ਇੱਕ ਗੱਲ ਭਰੋਸਾ। ਦੇਖੋ ਗੁਰੂ ਸਾਹਿਬ ਨੇ ਸੰਗਤ ਨੂੰ ਸੁਪਰੀਮ ਕਿਹਾ ਤਾਂ ਅਸੀਂ ਵੀ ਸੰਗਤ ਨੂੰ ਕੀ ਆ ਆਗੂ ਮੰਨ ਕੇ, ਸੰਗਤ ਨੂੰ ਜਦੋਂ ਆਵਾਜ਼ ਮਾਰੀ ਤਾਂ ਇੱਥੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ। ਹੁਣ 26 ਜਨਵਰੀ ਮੈਂ ਕਹਿੰਦਾ ਇਤਿਹਾਸਕ ਹੋਣੇ ਬੜੀ, 1.5 ਲੱਖ ਤੋਂ ਪਲੱਸ ਬੰਦਾ CID ਰਿਪੋਰਟ ਦੇ ਰਹੀ ਆ, ਤਾਂ ਇੰਨੇ ਲੋਕਾਂ ਨੇ ਕਿਸੇ ਚਿਹਰੇ ਮਗਰ ਲੋਕ ਇਕੱਠੇ ਨਹੀਂ ਹੋਏ। ਗੁਰੂ ਗ੍ਰੰਥ ਸਾਹਿਬ ਦੇ ਕੀ ਆ ਉਹਨਾਂ ਦੀ ਜਿਹੜੀ ਸਨਮਾਨ ਦੀ ਲੜਾਈ ਆ, ਸਾਡੇ ਨਿਸ਼ਾਨ ਸਾਹਿਬ ਦੇ ਸਨਮਾਨ ਦੀ ਲੜਾਈ ਆ, ਉਹਦੇ ਖਾਤਰ ਲੋਕ ਇਕੱਠੇ ਹੋ ਰਹੇ ਆ। ਹੌਲੀ ਹੌਲੀ ਲੋਕਾਂ ਦਾ ਭਰੋਸਾ ਬਣਨਾ, ਬੇਭਰੋਸਗੀ ਜਿਹੜੀ ਹੈਗੀ ਆ ਉਹ ਕੀ ਆ ਹੌਲੀ ਹੌਲੀ ਦੂਰ ਹੋਣੀ ਆ, ਕਿਉਂਕਿ ਲੋਕ ਦੋਸ਼ੀ ਨਹੀਂ, ਸਾਡੇ ਪੁਰਾਣੇ ਆਗੂ ਦੋਸ਼ੀ ਨੇ। ਅਤੇ ਇਸ ਮੋਰਚੇ ਦੇ ਵਿੱਚ ਜੋ ਲੋਕ ਇੱਕ ਵਾਰ ਆਉਣਾ ਸ਼ੁਰੂ ਹੋ ਚੁੱਕੇ ਨੇ, ਅਤੇ ਹੁਣ ਤਾਂ ਮੈਂ ਕਹਿੰਦਾ ਵੀਰਾਂ ਕੱਤ ਲਈਆਂ। ਜੀ ਰੁਪਿੰਦਰ ਜੀ, ਮੈਂ ਮਾਫ਼ੀ ਚਾਹੂੰਗਾ, ਰੋਕਣਾ ਚਾਹੂੰਗਾ। ਇਹੀ ਮੰਗਾਂ ਨੂੰ ਲੈ ਕੇ ਭਾਈ ਸੁਖਰਾਜ ਸਿੰਘ ਪਿਛਲੇ ਲੰਬੇ 1 ਸਾਲ ਤੋਂ ਬੈਠੇ ਆ, ਤੁਸੀਂ ਉਹਨਾਂ ਕੋਲ ਪਹੁੰਚ ਕਰੀ ਆ, ਉਹ ਕੀ ਕਹਿੰਦੇ ਨੇ? ਦੇਖੋ ਭਾਈ ਸਾਹਿਬ ਨੇ ਨਿੱਜੀ ਤੌਰ 'ਤੇ, ਮੈਂ ਕਿਹਾ ਭਾਈ ਸਾਹਿਬ ਨੂੰ ਵੀ ਚਿੱਠੀਆਂ ਵੀ ਦਿੱਤੀਆਂ ਸੀ, ਉਹਨਾਂ ਦਾ ਸੁਨੇਹਾ ਲੈ ਕੇ ਵੀ ਉਹਨਾਂ ਕੋਲੇ ਗਏ। ਉਹਨਾਂ ਨੇ ਸਾਡੇ ਨਾਲ ਸਹਿਮਤੀ ਵੀ ਜਿਤਾਈ ਅਤੇ ਕਿਹਾ ਵੀ ਕਿ ਹਾਂ ਮੈਂ ਤੁਹਾਡੇ ਨਾਲ ਸ਼ਾਮਿਲ ਹੋਣਾ, ਪਰ ਉੱਥੇ ਹੋਰ ਵੀ ਕੁਝ ਸੱਜਣ ਉਹਨਾਂ ਦੇ ਨਾਲ ਹੈਗੇ ਆ। ਅਸੀਂ ਵਾਰ ਵਾਰ ਉਹਨੂੰ ਕੋਸ਼ਿਸ਼ ਕੀਤੀ, ਉਹਨਾਂ ਨੇ ਮੈਂ ਕਹਿੰਦਾ ਵੀ ਪਿਛਲੀ 7 ਤਰੀਕ ਤੋਂ ਪਹਿਲਾਂ 5 ਤਰੀਕ ਨੂੰ ਇੱਕ ਸੁਨੇਹਾ ਵੀ ਸੋਸ਼ਲ ਮੀਡੀਆ ਦੇ ਆਪਣੇ ਪੇਜ 'ਤੇ ਪਾਤਾ ਸੀ, ਮੈਂ ਉਸ ਮੋਰਚੇ ਦੇ ਨਾਲ ਹਾਂ, ਅਸੀਂ ਹਮਾਇਤ ਕਰਦੇ ਹਾਂ। ਉਹਨਾਂ ਨੂੰ ਅਸੀਂ ਇਹੀ ਆਖਿਆ ਸੀ ਕਿ ਜਦੋਂ ਲੜਾਈ ਇੱਕ ਆ, ਮਸਲੇ ਸਾਂਝੇ ਨੇ, ਕਿਉਂਕਿ ਸਭ ਤੋਂ ਮੁੱਖ ਮਸਲਾ ਕਿ ਇਹਦੇ ਵਿੱਚ ਬੇਅਦਬੀ ਦੇ ਬਹਿਬਲ ਗੋਲੀਕਾਂਡ ਦਾ ਇਨਸਾਫ ਵੀ ਮੰਗਿਆ ਗਿਆ, ਤਾਂ ਉਹਨਾਂ ਨੂੰ ਕਿਹਾ ਸੀ ਕਿ ਅਸੀਂ ਇਕੱਠੇ ਹੋ ਕੇ ਬੈਠ ਗਏ। ਉਹਨਾਂ ਨੂੰ ਵਾਰ ਵਾਰ ਕੀ ਆ ਅਰਜੋਈ ਜੋਦੜੀ ਕੀਤੀ ਗਈ ਆ, ਹੁਣ ਉੱਥੇ ਬੈਠੇ ਨੇ, ਪਰ ਬੜੀ ਜਲਦੀ ਸਾਨੂੰ ਯਕੀਨ ਆ ਕੇ, ਕਿਉਂਕਿ ਸੰਗਤ ਦਾ ਪ੍ਰਵਾਹ ਦੇਖ ਕੇ ਹੁਣ ਸਭ ਨੇ ਇੱਥੇ ਆਉਣਾ। ਭਾਈ ਸਾਹਿਬ ਨੂੰ ਵੀ ਕੀ ਆ ਸੀ, ਮੈਂ ਕਹਿੰਦਾ ਵੀ ਭਾਵੇਂ 10 ਵਾਰ ਕਹੀਏ, 15 ਵਾਰ ਕਹੀਏ, ਜਿੰਨੀ ਵਾਰ ਵੀ ਸਾਨੂੰ ਜਾਣਾ ਪਿਆ ਸੀ, ਉਹਨਾਂ ਨੂੰ ਕਹਾਂਗੇ, ਕਿਉਂਕਿ ਭਾਈ ਸਾਹਿਬ ਨੇ ਕਿਹਾ ਕਿ ਨਿਮਾਣੇ ਹੋ ਕੇ ਵਿਚਰਨਾ, ਤੁਸੀਂ ਕਿਸੇ ਤਰ੍ਹਾਂ ਦਾ ਕਿਸੇ ਦਾ ਅਪਮਾਨ ਨਹੀਂ ਕਰਨਾ। ਤਾਂ ਇਕੱਲੇ ਉਹਨਾਂ ਨੂੰ ਨਹੀਂ, ਅਸੀਂ ਬਡਾਲਾ ਜੀ ਕੋਲੇ ਵੀ ਕੀਆ ਨਿੱਜੀ ਤੌਰ 'ਤੇ ਗਏ, ਉਸ ਤੋਂ ਬਿਨਾਂ ਭਾਈ ਸਾਹਿਬ ਨੇ ਜਾ ਕੇ ਸਰਾਭੇ ਵਾਲਾ ਮੋਰਚਾ ਵੀ ਚੁਕਾਇਆ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੀ। ਤਾਂ ਹੌਲੀ ਹੌਲੀ ਦੇਖੋ ਕੌਮ ਨੇ ਹੌਲੀ ਹੌਲੀ ਜੁੜਨਾ ਸੀ, ਸੁਖਰਾਜ ਜੀ ਨਾਲ ਨਹੀਂ ਵਿਚਰੇ, ਉਹ ਸਾਡੇ ਨਾਲ ਨਹੀਂ ਵਿਚਰੇ, ਤਾਂ ਜਦੋਂ ਭਾਈ ਸਾਹਿਬ ਦਾ ਸੁਨੇਹਾ ਗਿਆ, ਉਹਨਾਂ ਨੇ ਹਾਮੀ ਵੀ ਭਰੀ, ਹੌਲੀ ਹੌਲੀ ਮੋਰਚੇ 'ਤੇ ਉਹਨਾਂ ਦਾ ਵੀ ਭਰੋਸਾ ਬਣਨਾ ਜਿਵੇਂ ਸੰਗਤ ਦਾ ਭਰੋਸਾ ਬਣਨਾ, ਉਹਨਾਂ ਨੇ ਵੀ ਇੱਥੇ ਆ ਜਾਣਾ। ਅਤੇ ਵਾਰ ਵਾਰ ਉਹਨਾਂ ਨੂੰ ਕੀ ਹੁਣ ਸੰਪਰਕ ਉਹ ਕਰ ਵੀ ਰਹੇ, ਉਹ ਕਹਿ ਵੀ ਰਹੇ ਆ ਕਿ ਹਾਂ ਅਸੀਂ ਬੜੀ ਜਲਦੀ ਤੁਹਾਡੇ ਨਾਲ ਹੋਵਾਂਗੇ। ਉਹਨਾਂ ਨੂੰ ਕੁਝ ਮਾੜਾ ਮੋਟਾ ਅਜੇ ਭਰੋਸਾ ਹੋਊਗਾ, ਕਿਉਂਕਿ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਨੇ ਕੁਝ ਲੋਲੀਪੋਪ ਸ਼ਾਇਦ ਕੀ ਅਜੇ ਵੀ ਦਿੱਤੇ ਹੋਏ ਆ, ਉਹ ਕਹਿੰਦੇ ਵੀ ਇੰਨੇ ਚਿਰ 'ਚ ਹੱਲ ਕਰਾਂਗੇ। ਪਰ ਸਾਨੂੰ ਯਕੀਨ ਆ ਕਿ ਕੌਮ ਦੇ ਇਕੱਠੇ ਹੋਏ ਬਿਨਾਂ ਕੋਈ ਮਸਲਾ ਵੀ ਹੱਲ ਨਹੀਂ ਹੋਣਾ। ਅਸੀਂ ਤੁਹਾਡੇ ਚੈਨਲ ਥਰੂ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ, ਇੱਥੇ ਅਗਵਾਈ ਕਰੋ ਸਾਡੀ ਆ ਕੇ, ਬੜੇ ਚਿਰ ਤੋਂ ਲੰਬੇ ਟਾਈਮ ਤੋਂ ਲੜਾਈ ਲੜ ਰਹੇ ਆ ਆਗੂ ਕੀ ਆ, ਮੈਂ ਕਹਿੰਦਾ ਉਹ ਹੈਗੇ ਆ, ਲੋਕ ਉਹਨਾਂ ਦੇ ਨਾਲ 2 ਵਾਰ ਜੁੜ ਚੁੱਕੇ ਆ, ਬੇਸ਼ੱਕ 2 ਵਾਰ ਕੀ ਆ ਕੋਈ ਰਿਜ਼ਲਟ ਨਿਕਲਣ ਤੋਂ ਪਹਿਲਾਂ ਮੋਰਚਾ ਚੱਕਿਆ ਗਿਆ, ਤਾਂ ਇਸੇ ਕਰਕੇ ਲੋਕ ਉੱਥੇ ਜਾ ਵੀ ਹੁਣ ਥੋੜ੍ਹਾ ਘੱਟ ਰਹੇ ਆ। ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਤੁਹਾਡੇ ਵਾਲੀ ਮੇਨ ਮੰਗ ਇੱਥੇ ਮੋਰਚੇ 'ਚ ਹੈਗੀ ਆ, ਤੁਸੀਂ ਇੱਥੇ ਆ ਕੇ ਅਗਵਾਈ ਕਰੋ, ਬੈਠੋ। ਅਤੇ ਸਟੇਜ 'ਤੇ ਮੈਂ ਕਹਿੰਦਾ ਅਗਵਾਈ ਦੀ ਭੂਮਿਕਾ ਉਹਨਾਂ ਨੂੰ ਨਿਭਾਉਣ ਵਾਸਤੇ ਅਸੀਂ ਹੁਣ ਵੀ ਸੱਦਾ ਦਿੰਦੇ ਹਾਂ ਪੂਰੇ ਸੇਵਾਦਾਰ ਕਮੇਟੀ ਵੱਲੋਂ ਜਿਹੜੀ ਇੱਥੇ ਬੈਠੀ। ਜੀ ਬਲਵਿੰਦਰ ਜੀ, ਰੁਪਿੰਦਰ ਜੀ ਨੇ ਗੱਲ ਕਰੀ ਆ ਦੁਵਿਧਾ ਦੂਰ ਕਰਨ ਦੀ, ਪਰ ਕਈ ਵਾਰ ਇਹ ਹੋ ਰਿਹਾ ਹੈਗਾ ਵੀ ਜਦੋਂ ਮੋਰਚੇ ਲੱਗਦੇ ਆ ਜਾਂ ਜਦੋਂ ਇਕੱਠ ਹੁੰਦਾ ਗਾ ਜਾਂ ਜਿੱਥੋਂ ਧਰਨੇ ਲੱਗਦੇ ਆ, ਤਾਂ ਉੱਥੇ ਦੁਵਿਧਾ ਕਈ ਵਾਰ ਹੋਰ ਵੱਧ ਜਾਂਦੀ ਹੈ ਅਤੇ ਗੁੰਝਲ ਫਸ ਕੇ ਰਹਿ ਜਾਂਦੀ ਆ। ਵਕੀਲ ਸਾਹਿਬ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰੀ ਗਈ ਆ, ਖਾਸ ਕਰਕੇ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਭੌਰਾ ਦੇ ਵਕੀਲ ਵੱਲੋਂ, ਉੱਥੇ ਇਹ ਲੱਗ ਰਿਹਾ ਵੀ ਦੁਵਿਧਾ ਵੱਧ ਰਹੀ ਆ, ਉਹਨੂੰ ਲੈ ਕੇ ਤੁਸੀਂ ਕੀ ਸਪਸ਼ਟੀਕਰਨ ਦੇਣਾ ਚਾਹੋਗੇ? ਤੁਹਾਨੂੰ ਕੀ ਲੱਗਦਾ ਜਦੋਂ ਉਹਨਾਂ ਨੇ ਬਹੁਤ ਸਾਰਾ ਇੱਕ ਵੱਡੇ ਲੀਡਰ ਦਾ BJP ਦਾ ਲਾਲਪੁਰਾ ਸਾਹਿਬ ਦਾ ਨਾਮ ਲੈਤਾ ਵੀ ਇਹ ਜਿਹੀਆਂ ਚੀਜ਼ਾਂ ਪਿੱਛੇ ਲੱਗ ਰਹੇ ਨਾ, ਉਸ 'ਤੇ ਤੁਹਾਡਾ ਕੀ ਜਵਾਬ ਆ? ਦੇਖੋ ਜਿੰਨਾ ਬੰਦਿਆਂ ਦਾ ਉਹਨਾਂ ਨੇ ਨਾਮ ਲਿਖਿਆ ਕਿ ਇਹ ਬੰਦੇ ਸ਼ੱਕੀ ਨੇ ਜੀ, ਠੀਕ ਹੈ ਜੀ, ਉਹਨਾਂ ਬੰਦਿਆਂ ਦੇ ਵਿੱਚੋਂ ਕੋਈ ਬੰਦਾ ਵੀ ਇਸ ਮੋਰਚੇ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਹਾਂ ਠੀਕ ਹੈ, ਉਹਨਾਂ ਨੇ ਉਹਨਾਂ ਤੋਂ ਸੁਚੇਤ ਹੋਣ ਦੀ ਗੱਲ ਕੀਤੀ ਹੈ ਜੀ, ਅਤੇ ਅਸੀਂ ਮਤਲਬ ਉਹਨਾਂ ਦੇ ਤਜਰਬੇ ਤੋਂ ਉਹਨਾਂ ਦੀ ਸਲਾਹ ਤੋਂ ਜਿਹੜਾ ਹੈਗਾ ਪ੍ਰਭਾਵਿਤ ਆ ਉਹਦਾ ਸਤਿਕਾਰ ਕਰਦੇ ਹਾਂ, ਅਸੀਂ ਪੂਰੀ ਤਰ੍ਹਾਂ ਸੁਚੇਤ ਰਹਾਂਗੇ ਜੀ, ਅਤੇ ਸਾਡਾ ਯਤਨ ਹੋਏਗਾ ਕਿ ਉਹ ਬੰਦੇ ਇਸ ਮੋਰਚੇ ਦੇ ਵਿੱਚ ਆ ਕੇ ਕੋਈ ਨੁਕਸਾਨ ਨਾ ਕਰਨ ਜੀ। ਸਾਰੇ ਬੰਦੀ ਸਿੰਘਾਂ ਨੂੰ ਭਰੋਸੇ 'ਚ ਲਿਆ ਹੋਇਆ ਤੁਸੀਂ ਜਾਂ ਗੱਲਬਾਤ ਹੋਈ ਵੀ ਆ ਸਾਰਿਆਂ ਨਾਲ? ਦੇਖੋ ਐਡਵੋਕੇਟ ਦਲਸ਼ੇਰ ਸਿੰਘ ਹੋਰਾਂ ਨੇ ਦੱਸਿਆ ਸੀ ਕਿ ਪਹਿਲਾਂ ਇਹਨਾਂ ਨੂੰ ਮਿਲਣ ਤੋਂ ਸਰਕਾਰ ਨੇ ਕਈ ਤਰ੍ਹਾਂ ਦੇ ਬਹਾਨੇ ਬਣਾਏ ਜੀ, ਪਰ ਬਾਪੂ ਜੀ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਹੋਰਾਂ ਨਾਲ ਲਗਾਤਾਰ ਸੰਪਰਕ ਸੀ, ਉਹਨਾਂ ਦੀਆਂ ਅਪਰੋਲਸ ਵੀ ਉਹਨਾਂ ਦੇ ਮਤਲਬ ਯਤਨਾਂ ਨਾਲ ਹੀ ਹੁੰਦੀਆਂ ਰਹੀਆਂ ਜੀ, ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਸੰਬੰਧ ਵੀ ਹੈਗੇ।
क्योंकि उसनू उस तो पहला स्टेज तो तुहाडे वल्लों भी एक बयान होया सी, उस तो बाद वो आए भी आ, तुहानू नहीं लगता भी उस तो बाद एक मैसेज ओह जहा नहीं गया वर्ल्ड दे विच जिहे जहा जाना चाहिए सी? हाँ पक्खी मैसेज नहीं गया, ना पक्खी गया, उ फिर दुविधा वाली गल आ जाती है, वह क्यों होया? देखो सिर्फ जिहड़ा बयान मेरा मतलब ट्रोल भी किया गया जी, केवल वही नहीं उदू महीना पहला जी उन्होंने घर भी जाके आए हैं ठीक है, पर वो बयान नू कट के पाया गया। उस बयान दे विच कहा गया सी कि तुसी बंदी सिंघां दी रिहाई लई दस्तखत करवा रहे हो है ना, तां तुसी इत्थे भी टेबल लाओ जी, इत्थे आओ पर उस तो पहला तुसी 328 रूपां दे मामले ते जिहड़े इतराज ने वख वख जथेबंदियां दे जो शंके ने उन्हां नू प्रोपर निवृत्त करो, क्योंकि उहदे विच जिहड़ा हैगा घपलेबाजी होई है, फ्राड होया, चाहे उहदे विच मतलब ये कह लो कि मुफ्त सरूप दे दिते गए, चाहे वह सरूप कित्थे गए उहदी खोज की गल होवे, किहदे कहण ते दिते गए वह परचियां जिन्हां दे कहण ते छोटे मुलाजमान ने सरूप दिते वह कित्थे गईआं, तां उहदी एक जांच जिहड़ी हैगी आ होई है, पर वह जांच दपा दिती गई है ते बहुत गोलमोल जा जाणी जिस तरह आम जांच जिहड़ियां हुंदियां उहनां दा हाल हुंदा है उही हाल उस जांच दा कर दिता गया जी। कहण दा भाव भी जिहड़े लोकां दे इतराज ने जिहड़े सबूत ने उहनां नाल बैठ के गल करन लई कहा गया सी, इही गल उहनां दे घर जाके कही गई सी, क्योंकि जथेदार हवारा कौम नूं इकट्ठा करना चाहुंदे आ जी। एक उह लोक जिन्हां ने गलतियां नहीं बल्कि गुनाह कीते ने है ना, उहनां नूं छड्ड के उहनां दे गुनाहां लई तां बैठे आ ना कि उहनां नूं सज़ा मिले ठीक है, पर बाकी दा जिन्ना भी दल बल है थले उन्हां बंदियां नूं मुख धारा दे विच जथेदार जगतार सिंह हवारा लियाउणा चाहुंदे ने, इहदे विच कोई दो रावां नहीं, पर मन लो अपने परिवार दे किसे मैंबर ने गलती कीती आ ठीक है, आपां उहदे नाल गलवक्कड़ी पाउणी आ, हुण गलवक्कड़ी किवें पैंदी है, पहलां तां उह गलती दा अहसास करे, नंबर दो ते उह गलती नूं मतलब जिहड़ा हैगा मन्ने, संगत तों माफ़ी मंगे, परिवार दे मुखी तों, मुखी कौण है, संगत है, तीसरा फिर वह गलती नूं सुधारे ते ना करन दा वादा करे। हुण गल ये भी वह इत्थे आए, हालांकि असी आउण तों एक दिन पहला भी उन्हां नूं कहा भी 328 रुपए का मामला हल करके आओ ठीक है, वह बहुत वड्डे ताम झाम नाल आए, बहुत सारे लोगों नूं नाल लैके आए, फिर आपदी गल कह के उन्होंने उत्थों तुरन की कीती, हालांकि एडवोकेट अमर सिंह चाहल स्टेज पर बोल रहे सी। हुण तुसीं अपनी गल कहती, चाहल साहब जिहड़े कि बहुत नेड़ियों हो के जगतार सिंह हवारा नाल जुड़े हुए आ पहले दिन तो, तुसी उन्हां दी गल पूरी होण तो शुरू होण ते ही उत्थों उठ के जा रहे हैं, उन्हां नूं बापू जी ने कहा भी असीं तुहानूं छड्ड के आवांगे, आउण ते उन्हां दा सन्मान भी होया, उन्हां नूं समां भी दित्ता गया, पर सवाल यह है कि एक तां उह अचानक उत्थों उठ के चले गए, बाहर नौजवान तक रोस च हैगी है ना जी, जिन्हां ने सरकारां दीआं लज्जतां माणियां, जिहड़े उन्हां अहुदिआं ते बैठे आ जिथे उन्हां ने अज भी उह जिहड़ीआं मतलब गलतियां ने उन्हां नूं सुधारना है, तां फिर इस तरहां दी जिहड़ी आपां इहनूं पंजाबी च लिचगड़ीची कह दईए है ना, इह चंगी नहीं। उन्हां दा मतलब इह सी जिहड़ा स्टेज तों उह बोले ने कि आपां इकट्ठे चलांगे, आपां इकट्ठे दस्तखत लै के राजपाल कोले चलांगे, वो एक प्रभाव सिरजना चाहुंदे आ किन्हां दे पाले च खड़ के जिन्हां नूं कौम दोषी मानदी है ना, तां एक अजिहा नैरेटिव बन जाए इस मोर्चे का जिहदे नाल मोर्चा कमजोर हो जाए जी। मैं साफ शब्दां च कहना कि उन्हां दी इह भावना सी। तुहानूं लगदा इहदे पिछे कौण आ? इहदे पिछे बादल परिवार है जी, वो लोग जिन्हां ने मतलब केंद्र दीआं एजेंसियां नाल रल के ठीक है, दूसरे नंबर ते केंद्र दीआं सरकारां नाल रल के सिक्खी दी विचारधारा नूं खुंडा कीता है, पंजाब नूं कमजोर कीता है, आपदा घर भरिया, गुरु दी गोल काव्य दे मतलब जिहड़ा जाति उहदे लई वरती है, सियासत लई वरती है ठीक है, वो लोग उही जिन्हां ने सौदा साध नूं माफ़ी दित्ती है, जिन्हां ने कदे उहदे ते परचा दर्ज किया, वोटां वेले उहदे ते परचा वापस कराया, कदे उहनूं पंथ तों खारज किया, कदे उहनूं पंथ तों माफ़ करवाया, उस माफ़ी नूं सिद्ध करन वास्ते करोड़ रुपये दे इश्तिहार गुरु दीआं गोलकां चों दित्ते, मतलब किहड़ा किहड़ा गुनाह उहनां दा जिहड़ा मतलब आपां लोकां दे सामणे रखीए, हुण तां चिट्ठे खुल्ले वे आ ग्रंथ लिखे। सहमत हो भी अकाली दल बादल इस मोर्चे नूं खेरू खेरू करना चाहुंदा, इदां दी है गल कोई? जे हैगी आ तां स्पष्ट कर दो। बिल्कुल स्पष्ट आ जी, देखो धामी साहब किते ना किते उहनां दे मूहरे दे तौर ते इत्थे पहुंचे जी, साफ मना करने बावजूद रात नूं जदों गुरमता होया तां असीं सारे बैठे सी, असीं उहनां नूं साफ फोन करके मना कीता गया, जिहड़े सज्जन थ्रू उन्होंने संपर्क किया सी उन्होंने भी मना करता, तो उन्होंने जवाब ही देते नहीं आ रहे, तो उस तो बाद आउंदे वी आ। परमजीत सिंह बरनाला एक मैं दसना भी चाहना,
कि वह जोड़ा सारी हादसा होया वह की एक एक्शन का रिएक्शन से हूँ कई लगता कि धामी साहब नूं गए मुंडे पै गए पर असलीयत यह है कि धामी साहब गड्डी दे विच बैठ गए थे बैठन तो बाद उन्हां नाल टास्क फोर्स बड़ी वड्डी गिणती ते कुछ क मुंडे उत्थे खड़े सी ते उन्होंने फिर निकल के गड्डी दे विचों मुंडिया कनी पहला किया उन्होंने आक्रोश के नाल मुंडिया कनी वधे ਉਹ ਐਕਸ਼ਨ ਦਾ ਰਿਐਕਸ਼ਨ ਸੀ ਜਿਹੜਾ ਕੀ ਉੱਥੇ ਹੋਇਆ ਅਸੀਂ ਕਹਿਣਾ ਕਿ ਅਸੀਂ ਕੰਡੈਮ ਵੀ ਕੀਤਾ ਕਿ ਗਲਤ ਹੋਇਆ ਪਰ ਰਪਿੰਦਰ ਜੀ ਧਾਮੀ ਸਾਹਿਬ ਦੇ ਨਿੱਜ ਨੂੰ ਜਾਣਦੇ ਹਨ ਜੀ ਵਿਅਕਤੀ ਨੂੰ ਵਿਅਕਤੀ ਦੇ ਤੌਰ ਤੇ ਜਾਣਦੇ ਉਹਨਾਂ ਦੀ ਸ਼ਖਸੀਅਤ ਬਹੁਤ ਸਾਫ਼ ਸੁਥਰੀ ਆ ਉਹਨਾਂ ਦਾ ਦੇਣ ਵੀ ਆ ਖਾਸ ਕਰਕੇ ਮੂਵਮੈਂਟ ਦੀ ਜੇ ਅਸੀਂ ਗੱਲ ਕਰ ਲਈਏ ਇਹ ਨਹੀਂ ਵੀ ਐਂ ਕਰਕੇ ਐਂ ਧਾਮੀ ਸਾਹਿਬ ਬਣ ਗਏ ਇਸ ਨੂੰ ਲੈ ਕੇ ਜਿਹੜਾ ਤੁਹਾਨੂੰ ਲੈ ਕੇ ਲੋਕ ਅਧਿਕਾਰ ਲਹਿਰ ਨੂੰ ਲੈ ਕੇ ਵੀ ਇੱਕ ਟਾਰਗੇਟ ਵੀ ਹੋ ਗਏ ਤੁਸੀਂ ਵੀ ਟਾਰਗੇਟ ਹੋ ਗਏ ਉਹ ਵੀ ਟਾਰਗੇਟ ਹੋ ਗਏ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ ਜਦੋਂ ਨੈਗੇਟਿਵ ਚੀਜ਼ ਚਲੀ ਜਾਂਦੀ ਆ ਉੱਥੇ ਖਾਸ ਕਰਕੇ ਸਟਾਰਟਿੰਗ ਦੇ ਦਿਨਾਂ 'ਚ ਫਿਰ ਤੁਹਾਨੂੰ ਵੀ ਲੱਗਦਾ ਹੈਗਾ ਵੀ ਇੱਕ ਪੋਜ਼ਿਟਿਵ ਵਾਈਬਸ ਨਹੀਂ ਆਉਂਦੀਆਂ ਬਹੁਤ ਸਾਰੇ ਵਿਦੇਸ਼ਾਂ 'ਚੋਂ ਸਾਨੂੰ ਵੀ ਫੋਨ ਆਏ ਹਾਲਾਂਕਿ ਅਸੀਂ ਅੱਜ ਇੱਥੇ ਆਏ ਹਾਂ ਦੂਜੀ ਤੀਜੀ ਵਾਰ ਆਏ ਹਾਂ ਇੰਟਰਵਿਊ ਆਪਣੀ ਪਹਿਲੀ ਵਾਰ ਹੋ ਰਹੀ ਆ ਵੀ ਉਹ ਲੋਕ ਕਹਿੰਦੇ ਵੀ ਇਹ ਗੱਲ ਕਲੀਅਰ ਹੋਣੀ ਚਾਹੀਦੀ ਵੀ ਇਦਾਂ ਕਿਉਂ ਹੋਇਆ ਗਾ ਜੇ ਇੱਕ ਪਰਿਵਾਰ ਕੁਛ ਗੜਬੜ ਕਰ ਰਿਹਾ ਤਾਂ ਇਹ ਤਾਂ ਨਹੀਂ ਵੀ ਧਾਮੀ ਸਾਹਿਬ ਵੀ ਗਲਤ ਹੋਣ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਬਾਈ ਜੀ ਅਸੀਂ ਵਾਰ ਵਾਰ ਇੱਕੋ ਗੱਲ ਕਹੀ ਕਿ ਜਿਹੜਾ ਉਹ ਇੱਥੇ ਹਾਦਸਾ ਹੋਇਆ ਤਾਂ ਉਹਦੇ ਸਭ ਤੋਂ ਪਹਿਲਾਂ ਟਾਰਗੇਟ ਧਾਮੀ ਸਾਹਿਬ ਨਹੀਂ ਸੀ ਉਹ ਬਾਦਲ ਕੇ ਟਾਰਗੇਟ ਸੀ ਹਾਂ ਕਿਉਂਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਜੀ ਉਹ ਹੈਗਾ ਬਾਈਬਲ ਗੋਲੀਕਾਂਡ ਦਾ ਜਿਹੜਾ ਇਨਸਾਫ ਆ ਉਹ ਡਾਇਰੈਕਟ ਬਾਦਲ ਕੇ ਉਹ 'ਚ ਦੋਸ਼ੀ ਨੇ ਜੀ ਦੂਸਰਾ ਜਿਹੜਾ ਹੈਗਾ 328 ਸਰੂਪਾਂ ਵਾਲਾ ਮਸਲਾ ਅਸੀਂ ਸਾਰੇ ਜਾਣਦੇ ਹਾਂ ਕਿ ਬਾਦਲਾਂ ਨੇ ਕਿਸ ਤਰ੍ਹਾਂ ਪਿੱਛੇ ਜਿਹੇ SGPC ਇਲੈਕਸ਼ਨ ਦੇ ਵਿੱਚ ਕੰਪੇਨ ਕਿਸ ਤਰੀਕੇ ਨਾਲ ਕੀਤੀ ਕਿਸ ਤਰੀਕੇ ਨਾਲ ਜਿਹੜੇ ਮੈਂਬਰ ਸੀ ਕਿਵੇਂ ਦਬਕਾਏ ਗਏ ਆ ਤਾਂ ਉਹ ਸਾਰੀ ਕੀ ਆ ਲੋਕਾਂ ਦੇ ਵਿੱਚ ਜਾ ਕੇ ਜ਼ਾਹਰਾ ਜਿਹੜਾ ਉਹ ਹੋਇਆ ਮੈਂ ਕਹਿਣਾ ਕਿ ਸਾਡਾ ਮੋਰਚਾ ਸ਼ੱਕੀ ਹੋਣ ਤੋਂ ਵੀ ਬਚ ਗਿਆ ਬੇਸ਼ੱਕ ਕੀ ਉਹ ਘਟਨਾ ਸੀ ਕੰਡੈਮ ਵੀ ਕਰ ਦੇਖੋ ਸਾਨੂੰ ਸਬਰ ਸਾਨੂੰ ਦਿਖਾਉਣਾ ਪੈਣਾ ਅਸਲ ਦੇ ਵਿੱਚ ਇਸ ਮੋਰਚੇ ਦਾ ਮਕਸਦ ਚਾਰੇ ਕੌਮ ਦੀਆਂ ਮੰਗਾਂ ਨੇ ਉਸ ਤੋਂ ਵੀ ਵੱਡਾ ਮਕਸਦ ਕੀ ਆ ਸਾਡਾ ਜਿਹੜਾ ਕੌਮ ਦਾ ਨੈਰੇਟਿਵ ਖਰਾਬ ਕੀਤਾ ਗਿਆ ਪੂਰੀ ਦਵਾਰਡ ਦੇ ਵਿੱਚ ਉਹ ਵੀ ਕੀ ਹੈ ਇਸ ਕੌਮ ਨੇ ਸੁਧਾਰਨਾ ਕਿਉਂਕਿ ਜਿਹੜਾ ਸੈਂਟਰ ਏਜੰਸੀਆਂ ਨੇ ਉਹ ਸਾਨੂੰ ਕੀ ਹਮੇਸ਼ਾ ਅੱਤਵਾਦੀ ਸਾਬਤ ਕਰਨ ਤੇ ਉਤਰੀਆਂ ਹੋਈਆਂ ਸੀ ਤਾਂ ਅਸੀਂ ਇੱਥੇ ਸਬਰ ਟਾਈਮ ਧਿਆਨ ਦੇਣਾ ਇਸੇ ਕਰਕੇ ਅਸੀਂ ਸਮੁੱਚੀ ਸੰਗਤ ਨੂੰ ਵੀ ਵਾਰ-ਵਾਰ ਬੇਨਤੀ ਕਰਦੇ ਹਾਂ ਕਿ ਅਸੀਂ ਬੱਬਰ ਸ਼ੇਰ ਬਾਹਰ ਕਢਾਉਣੇ ਆ ਤੇ ਹਕੂਮਤ ਕਹਿੰਦੀ ਆ ਕਿ ਉਹ ਆਦਮਖੋਰ ਨੇ ਜੀ ਤਾਂ ਅਸੀਂ ਜੇ ਕੀ ਆ ਖੁਦ ਕੀ ਆ ਇਸ ਤਰ੍ਹਾਂ ਦੇ ਜਿਹੜੀਆਂ ਹਿੰਸਕ ਘਟਨਾਵਾਂ ਨੂੰ ਉਹ ਕਰਦੇ ਹਾਂ ਤਾਂ ਇਹਦੇ ਨਾਲ ਕੀ ਆ ਉਹਨਾਂ ਦੀ ਜਿਹੜੀ ਕਹੀ ਗੱਲ ਸਹੀ ਸਾਬਤ ਹੁੰਦੀ ਆ ਅਸੀਂ ਸਮੁੱਚੇ ਕੀ ਆ ਨੌਜਵਾਨਾਂ ਨੂੰ ਵੀ ਵਾਰ-ਵਾਰ ਬੇਨਤੀ ਇਹੀ ਕੀਤੀ ਆ ਕਿ ਅਸੀਂ ਸਬਰ ਦਾ ਇਮਤਿਹਾਨ ਦੇਣਾ ਇੱਥੇ ਜਦੋਂ ਦੇਖੋ ਅਸੀਂ ਕਹਿੰਦੇ ਕਿ ਹੱਥ ਜੋੜ ਕੇ ਆਏ ਨੂੰ ਦੇਗ ਅਤੇ ਚੜ੍ਹ ਕੇ ਆਏ ਨੂੰ ਤਾਂ ਤੇਗ ਵੀ ਆ ਪਰ ਤੇਗ ਕੀ ਅਸੀਂ ਜਿਹੜਾ ਹਥਿਆਰ ਗੁਰਬਾਣੀ ਸਾਨੂੰ ਅਖੀਰ 'ਚ ਚੱਕਣ ਵਾਸਤੇ ਕਹਿੰਦੇ ਅਸੀਂ ਪਹਿਲਾਂ ਵਰਤਣ ਲੱਗ ਜਾਂਦੇ ਹਾਂ ਕਿਉਂਕਿ ਅਸੀਂ ਜਜ਼ਬਾਤੀ ਜ਼ਿਆਦਾ ਉਹਦੇ ਜਜ਼ਬਾਤਾਂ ਜਿਹੜੇ ਨੌਜਵਾਨਾਂ ਤੋਂ ਘਟਨਾ ਹੋਈ ਆ ਮੈਂ ਕਹਿੰਦਾ ਕਿਤੇ ਨਾ ਕਿਤੇ ਮੈਂ ਤਾਂ ਪਰਮਾਤਮਾ ਦਾ ਨਿੱਜੀ ਤੌਰ 'ਤੇ ਸ਼ੁਕਰ ਅਦਾ ਕੀਤਾ ਕਿ ਸਾਡਾ ਮੋਰਚਾ ਸ਼ੱਕੀ ਹੋਣ ਤੋਂ ਵੀ ਬਚ ਗਿਆ ਕਿਉਂਕਿ ਮੈਨੂੰ ਸੈਂਕੜੇ ਫੋਨ ਇਹ ਆਏ ਕਿ ਜੇ ਕਿਤੇ ਕੀ ਆ ਤੁਹਾਡਾ ਜਿਹੜਾ ਸੀਗਾ ਮੋਰਚਾ ਸ਼ੱਕੀ ਹੋ ਗਿਆ ਸੀ ਭਾਈ ਹੁਣ ਸਪਸ਼ਟ ਜ਼ਰੂਰ ਹੋ ਗਿਆ ਕਿਉਂਕਿ ਕਈ ਵਾਰ ਸਾਨੂੰ ਟ੍ਰੋਲ ਕਰਨ ਵੇਲੇ ਕਹਿ ਦਿੰਦਾ ਕਿ ਅਕਾਲੀ ਦਲ ਦੇ ਛੱਡੇ ਆ ਤਾਂ ਇਸ ਮੋਰਚੇ ਬਹੁਤ ਸਾਰੇ ਲੋਕ ਕਹੀ ਜਾਂਦੇ ਵੀ ਲੋਕ ਅਧਿਕਾਰ ਲਹਿਰ ਵੀ ਬੀਜੇਪੀ ਨੇ ਛੱਡੀ ਵੀ ਆ ਮੈਂ ਕਹਿੰਦਾ ਬਾਈ ਜੀ ਦੇਖੋ ਇਸ ਮੋਰਚੇ ਦੇ ਵਿੱਚ ਕੱਲਾ ਇੱਕ ਅੱਧਾ ਪਰਸਨ ਹੀ ਮੈਂ ਕਹਿੰਦਾ ਪੂਰੇ ਪੰਜਾਬ ਦੇ ਕਿਰਦਾਰਾਂ ਦਾ ਨਤਾਰੀ ਹੋ ਜਾਣਾ ਇਸ ਮੋਰਚੇ 'ਚ ਕੀ ਆ ਉਹੀ ਆਗੂ ਆ ਕੇ ਇੱਥੇ ਖੜ ਸਕੂਗਾ ਜਿਹਦੀਆਂ ਲੱਤਾਂ 'ਚ ਦਮ ਹੋਇਆ ਤੇ ਜਿਹਦੇ ਕੋਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਹੋਏ ਹੁਣ ਜਿਹੜੇ ਆਗੂਆਂ ਕੋਲੇ ਭਾਈ ਸਾਹਿਬ ਕੀ ਆ ਪਿਛਲੇ 4 ਮਹੀਨਿਆਂ 'ਚ ਗਏ ਸੀ ਭਾਈ ਸਾਹਿਬ ਹਵਾਰਾ ਜੀ ਦੇ ਕਹਿਣ ਤੇ ਉਹਨਾਂ 'ਚੋਂ ਕੋਈ ਸਾਡੇ ਨਾਲ ਪਹਿਲਾਂ ਸ਼ੁਰੂਆਤੀ ਦੌਰ 'ਚ ਆ ਕੇ ਖੜਾ ਨਹੀਂ ਚੰਦਕ ਨੂੰ ਛੱਡ ਕੇ ਹੁਣ ਉਹੀ ਬੰਦੇ ਫੋਨ ਕਰਕੇ ਪੁੱਛਦੇ ਆ ਕਿ ਅਸੀਂ ਆ ਸਕਦੇ ਹਾਂ ਤਾਂ ਅਸੀਂ ਤਾਂ ਵਾਰ-ਵਾਰ ਇੱਕੋ ਗੱਲ ਕਹਿਣਾ ਕਿ ਜੇ ਤੁਹਾਡੇ ਕੋਲੇ ਸੰਗਤ ਦੇ ਸਵਾਲਾਂ ਦੇ ਜਵਾਬ ਹੈਗੇ ਤਾਂ ਫੇਰ ਇਸ ਮੋਰਚੇ 'ਚ ਆਇਓ ਕਿਉਂਕਿ ਇੱਥੇ ਕੀ ਆ ਇਸ ਮੋਰਚੇ ਨੂੰ ਸੰਗਤ ਚਲਾ ਰਹੀ ਆ ਤੇ ਸੰਗਤ ਦੀਆਂ ਜਿਹੜੀਆਂ ਮਨੋਭਾਵਨਾਵਾਂ ਹੈਗੀਆਂ ਉਹਨਾਂ ਨੂੰ ਤੁਹਾਨੂੰ ਸਮਝਣਾ ਵੀ ਪਊਗਾ ਇੱਥੇ ਸਟੇਜ ਤੋਂ ਬੜੇ ਬੰਦੇ ਕੀ ਆ ਜਦੋਂ ਗਲਤ ਬੋਲ ਜਾਂਦੇ ਆ ਤਾਂ ਹੁਣ ਸੰਗਤ ਨੇ ਕੀ ਆ ਕੱਲ੍ਹ ਸਾਨੂੰ ਵਾਰ-ਵਾਰ ਰੋਕ-ਰੋਕ ਕੇ ਇੱਕੋ ਗੱਲ ਕਹੀ ਕਿ ਤੁਸੀਂ ਸ਼ਨੀਵਾਰ ਐਤਵਾਰ ਜ਼ਿਆਦਾ ਸੰਗਤ ਹੁੰਦੀ ਆ ਤਾਂ ਸੰਗਤ ਕਹਿੰਦੇ ਕਿ ਤੁਸੀਂ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲੇ ਸਾਨੂੰ ਕੋਈ ਬੁਲਾਰਿਆਂ ਨੂੰ ਸੁਣਨ ਦਾ ਸ਼ੌਂਕ ਨਹੀਂ ਹੈ ਤੁਸੀਂ ਧੰਨਵਾਦ ਕਰੋ ਪਰ ਕੀ ਆ ਕੌਮ ਜਾਣਨਾ ਚਾਹੁੰਦੀ ਆ ਆਪਣਾ ਇਤਿਹਾਸ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜਿਵੇਂ ਜ਼ਿਆਦਾ ਜਿੱਦੇ ਰਸ਼ ਹੋਣਾ ਜਿੱਦੇ ਸੰਗਤ ਜ਼ਿਆਦਾ ਆਉਂਦੀ ਆ ਤਾਂ ਉਹਦੇ ਕੀ ਆ ਚੰਗੇ ਕਥਾ ਬਾਚ ਕਿੱਥੇ ਹੋਣਗੇ ਸ਼ਨੀਵਾਰ ਐਤਵਾਰ ਖਾਸ ਤੌਰ ਤੇ ਕੀਰਤਨੀਏ ਹੋਣਗੇ ਢਾਡੀ ਆਉਣਗੇ ਤੇ ਉਸ ਤੋਂ ਬਿਨਾਂ ਕਥਾ ਵਾਚਕ ਜਿਹੜੇ ਹੈਗੇ ਆ ਉਹਨਾਂ ਦੀ ਡਿਊਟੀ ਨਿਭਾ ਕੇ ਇੱਥੇ ਕੀ ਆ ਨਿਭਾਉਣਗੇ ਆ ਕੇ ਤੇ ਕੌਮ ਨੂੰ ਮੈਂ ਕਹਿੰਦਾ ਵੀ ਸਾਡੇ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਆ ਦੇਖੋ ਇਹ ਮੋਰਚਾ ਜਿੰਨਾ ਲੰਬਾ ਜਾਣਾ ਕੌਮ ਉਨੀ ਮਜ਼ਬੂਤ ਹੋਣੀ ਆ ਤੇ ਇਹ ਹਕੂਮਤ ਨੂੰ ਅਸੀਂ ਇਹੀ ਕਹਿੰਦੇ ਆ ਕਿ ਦੇਖੋ ਅਸੀਂ ਸਬਰ ਸ਼ੁਕਰ ਦੇ ਵਿੱਚ ਬੈਠੇ ਹਾਂ ਤੇ ਅਸੀਂ ਇਤਿਹਾਸ ਦੁਆਰਾ ਰਿਪੀਟ ਹੋਊਗਾ ਬਾਈ ਜੀ ਜਿਵੇਂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਉਸ ਤੋਂ ਬਾਅਦ ਮੈਂ ਕਿ ਹਰਗੋਬਿੰਦ ਪਾਤਸ਼ਾਹ ਨੇ ਹਥਿਆਰ ਚੱਕੇ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕੀਤਾ ਗਿਆ ਤੇ ਉਹਨਾਂ ਨੂੰ ਫਿਰ ਬਾਬਾ ਬੁੱਢਾ ਜੀ ਨੇ ਪ੍ਰਭਾਤ ਫੇਰੀਆਂ ਲਿਜਾ ਕੇ ਕਿਲੇ ਦੀ ਕੰਧ ਨਾਲ ਬੈਠ ਕੇ ਨਾਮ ਸਿਮਰਨ ਕਰਕੇ ਉਹਨਾਂ ਨੂੰ ਛਡਾਇਆ ਤਾਂ ਅੱਜ ਕੀ ਆ ਉਸੇ ਪੈਟਰਨ ਦੇ ਉੱਤੇ ਜਿਵੇਂ ਸ਼ਹਾਦਤਾਂ ਹੋਈਆਂ 84 ਤੋਂ 95 ਤੱਕ ਹਜ਼ਾਰਾਂ ਮੁੰਡੇ ਸਾਡੇ ਕੀ ਆ ਭੇਟ ਚੜ੍ਹ ਕੇ ਸ਼ਹਾਦਤਾਂ ਹੋ ਗਈਆਂ ਉਸ ਤੋਂ ਬਾਅਦ ਹਥਿਆਰ ਚੱਕੇ ਭਾਈ ਹਵਾਰਾ ਜੀ ਵਰਗਿਆਂ ਨੇ ਤੇ ਸੰਗਤ ਇੱਥੇ ਸਾਰਾ ਦਿਨ ਜਾਪਦੇ ਦਮ ਦੇ ਉੱਤੇ ਇਹਨਾਂ ਨੂੰ ਕੀ ਆ ਬਾਹਰ ਲੈ ਕੇ ਆਉਣਗੇ ਕਿਉਂਕਿ ਸਾਡਾ ਸਬਰ ਵੀ ਕੀ
कोई मैं कि संगत ने खुद जाबता रखा एक बंदा जो कोई गलती करता ही नाल दा टोकदा सी भी नहीं यार क्योंकि हर बंदा ये मोर्चे नूं अपना मन के चलिया होया ते हुण तां संगत ने जिवें तुसीं देख रहे हो अज लगभग पूरे माझे दे विचों हर पिंड दे विचों ते ट्रालियां पहुंच रही हैं। रुपिंदर जी मेरा अगला सवाल यह है तुहानूं दोनों नूं ही है तुसीं लोक अधिकार लहर बहुत लंबे समय तो चला रहे हैं जिहड़े तुहानूं टारगेट कर रहे हैं जिहड़े कह रहे हैं भी इह तां कामरेड सीगे इह तां 26 जनवरी तो बाद दीप सिद्धू दे बारे बोले वो केसरी निशान दे बारे बोले हुणे उही गल करदे आ इन्हां नूं तां बीजेपी ने बिठाया हैगा ਉਹਦਾ ਕੀ ਆ ਉਹਨੂੰ ਤੁਸੀਂ ਕਲੀਅਰ ਕਰੋ ਕਿਉਂਕਿ ਤੁਹਾਡੇ ਕੋਲ ਵੀ ਗੱਲਾਂ ਆਉਂਦੀਆਂ ਹਾਲਾਂਕਿ ਜੇ ਨਹੀਂ ਤੁਸੀਂ ਕਰਨੀ ਚਾਹੁੰਦੇ ਠੀਕ ਹੋ ਪਰ ਤੁਹਾਨੂੰ ਕਲੀਅਰ ਤਾਂ ਕਰਨਾ ਪਊਣਾ ਬਾਈ ਜੀ ਬਿਲਕੁਲ ਮੈਂ ਕਹਿਣਾ ਵੀ ਜਿਹੜੀ ਤੁਸੀਂ ਗੱਲ ਕੀਤੀ ਵੀ ਦੀਪ ਸਿੱਧੂ ਖਿਲਾਫ ਬੋਲੇ ਹਾਂ ਮੈਂ ਕਹਿਣਾ ਸਾਡਾ ਕੋਈ ਵੀ ਬਿਆਨ ਦੀਪ ਸਿੱਧੂ ਖਿਲਾਫ ਜਾਂ ਨਿਸ਼ਾਨ ਸਾਹਿਬ ਦੇ ਮਾਂ ਕੇ ਜਿਹੜੀ ਸ਼ਾਨ ਦੇ ਖਿਲਾਫ ਇੱਕ ਵੀ ਬਿਆਨ ਹੋਵੇ ਟ੍ਰੋਲ ਜਿਹੜਾ ਮਰਜ਼ੀ ਕਰ ਸਾਡਾ ਹੁਣ ਨੂੰ ਬਿਆਨ ਚਲਾ ਦਿੰਦੇ ਜੇ ਉਹਨਾਂ ਕੋਲੇ ਕੋਈ ਹੁੰਦਾ ਤੁਸੀਂ ਲਾਈਵ ਤਾਂ ਨਹੀਂ ਹੋਏ ਸੀ ਮੈਂ ਕਹਿਣਾ ਜੀ ਬਿਲਕੁਲ ਜਿਹੜੀ ਅਸੀਂ ਗੱਲ ਕਹੀ ਆ ਉਹ ਗੱਲ ਤੇ ਅੱਜ ਵੀ ਅਸੀਂ ਪੂਰੀ ਤਰ੍ਹਾਂ ਖੜੇ ਆ ਕੌਮ ਦੀਆਂ ਭਾਵਨਾਵਾਂ ਦੇ ਵਿੱਚੋਂ ਕੀ ਉਹ ਸਾਰਾ ਨੈਰੇਟਿਵ ਨਿਕਲਿਆ ਸੀ ਲਾਲ ਕਿਲੇ ਵਾਲਾ ਸੀ ਉਹਨੂੰ ਵੀ ਕਿਹਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੁਣ ਜੇ ਸਾਨੂੰ ਕਾਮਰੇਡ ਕਿਹਾ ਜਾਂਦਾ ਕਾਮਰੇਡ ਰੌਲਾ ਕੀ ਹੈ ਅਸੀਂ ਬਾਬੇ ਨਾਨਕ ਦੇ ਫਲਸਫੇ ਦੇ ਆ ਹੁਣ ਲੋਕ ਜਿਹੜਾ ਕਾਮਰੇਡੀ ਦਾ ਫਲਸਫਾ ਜਾਣਦੇ ਆ ਉਹ ਸਿਰਫ ਕਾਰਲ ਮਾਰਕਸ ਤੱਕ ਨੂੰ ਜਾਣਦੇ ਆ ਕਾਰਲ ਮਾਰਕਸ ਕੱਲਾ ਕਿਰਤ ਕਰੋ ਤੇ ਵੰਡ ਛਕੋ ਨੂੰ ਕੀ ਆ ਮੂਹਰੇ ਰੱਖ ਕੇ ਚੱਲਦਾ ਪਰ ਸਾਡੇ ਬਾਬਾ ਨਾਨਕ ਨੇ ਕੀ ਆ ਨਾਮ ਜਪੋ ਜਿਹੜਾ ਨਾਲ ਕੀ ਆ ਉਹਨਾਂ ਤੋਂ ਬਹੁਤ ਸਮਾਂ ਪਹਿਲਾਂ ਕਹਿਤਾ ਸੀ ਜੀ ਅਸਲ ਦੇ ਵਿੱਚ ਕੀ ਆ ਅਧੂਰੀ ਕਾਮਰੇਡੀ ਨੂੰ ਲੋਕ ਕਾਮਰੇਡੀ ਮੰਨੀ ਜਾਂਦੇ ਆ ਅਸੀਂ ਕੋਈ ਕਾਮਰੇਡ ਨਹੀਂ ਹੈਗੇ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਪੂਰੀ ਤਰ੍ਹਾਂ ਕੀ ਆ ਤੁਸੀਂ ਇਹ ਕਹਿੰਦੇ ਹੋ ਤੁਸੀਂ ਪੂਰੇ ਕਾਮਰੇਡ ਹੋ ਮੈਂ ਕਹਿੰਦਾ ਬਾਈ ਜੀ ਕਾਮਰੇਡ ਦੀ ਪਰਿਭਾਸ਼ਾ ਪਹਿਲਾਂ ਕਾਮਰੇਡ ਤਾਂ ਦੋਸਤ ਨੂੰ ਕਿਹਾ ਜਾਂਦਾ ਸਾਥੀ ਨੂੰ ਕਿਹਾ ਜਾਂਦਾ ਪਰ ਜਿਹੜੇ ਕਾਮਰੇਡਾਂ ਨੇ ਕੀ ਅਸਲ 'ਚ ਲੋਕ ਨਫ਼ਰਤ ਕਿਹਨੂੰ ਕਰਦੇ ਆ ਜਿਨ੍ਹਾਂ ਨੇ ਪੰਜਾਬ 'ਚ ਇੰਡਸਟਰੀ ਮੂਵ ਕਰਾਈ ਆ ਲਾਲ ਝੰਡੇ ਲੈ ਕੇ ਠੀਕ ਹੈ ਨਾ ਅੱਜ ਪੰਜਾਬ 'ਚ ਇੰਡਸਟਰੀ ਵੱਲ ਕੋਈ ਮੂੰਹ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਿਉਂਕਿ ਇੱਥੇ ਵਿਰੋਧ ਬੜਾ ਹੋਇਆ ਜੀ ਉਹਨਾਂ ਗੱਲਾਂ 'ਤੇ ਹੋਇਆ ਜਿਨ੍ਹਾਂ 'ਤੇ ਨਹੀਂ ਹੋਣਾ ਚਾਹੀਦਾ ਸੀ ਅੱਜ ਪੰਜਾਬ ਦੀ ਇੰਡਸਟਰੀ ਕੰਨੀ ਮੂੰਹ ਤਾਂ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਕੁਛ ਬੰਦੇ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਕੀ ਆ ਇੰਡਸਟਰੀਲਾਈਜੇਸ਼ਨ ਦਾ ਵਿਰੋਧ ਕੀਤਾ ਦੇਖੋ ਤਰੱਕੀ ਹੋਣ ਵਾਸਤੇ ਸਾਨੂੰ ਇੰਡਸਟਰੀ ਦੀ ਵੀ ਲੋੜ ਆ ਠੀਕ ਹੈ ਸਾਨੂੰ ਵਪਾਰੀ ਦੀ ਵੀ ਲੋੜ ਆ ਪਰ ਵਪਾਰੀ ਸਾਡੀਆਂ ਸ਼ਰਤਾਂ ਤੇ ਆ ਵੀ ਅਸੀਂ ਕਿਸਾਨੀ ਬਿੱਲਾਂ ਦੇ ਵਿੱਚ ਭਾਈ ਸਾਹਿਬ ਨੇ ਜਿਹੜੇ ਕੀ ਟ੍ਰੋਲ ਇਹਨਾਂ ਨੂੰ ਵੀ ਕੀਤਾ ਗਿਆ ਸੀ ਇਹਨਾਂ ਭਾਈ ਸਾਹਿਬ ਮੈਂ ਕਹਿੰਦਾ ਉਹਦਾ ਬਿਹਤਰ ਜਵਾਬ ਦੇਣਗੇ ਕਿ ਅਸਲ ਦੇ ਵਿੱਚ ਜਿਹੜੇ ਅਸੀਂ ਗੱਲ ਕਹਿੰਦੇ ਹਾਂ ਅਸੀਂ ਕੋਈ ਇਹ ਨਹੀਂ ਹੈ ਕਿ ਸਾਡੇ ਨਾਲ ਬੜੇ ਸੁਹਿਰਦ ਲੋਕ ਸੀ ਲੋਕ ਅਧਿਕਾਰ ਲਹਿਰ 'ਚ ਉਹ ਇਕੱਲਾ ਮੈਂ ਜਾਂ ਬਾਈ ਬਲਵਿੰਦਰ ਸਿੰਘ ਨਹੀਂ ਬੋਲਦੇ ਸੀ ਉਹ ਸਾਡਾ ਇੱਕ ਗਰੁੱਪ ਆ ਬੜੇ ਬੰਦੇ ਹੁੰਦੇ ਜਿਹੜੇ ਮੂਹਰੇ ਨਹੀਂ ਆਉਂਦੇ ਉਹਨਾਂ ਬਾਰੇ ਬਾਈ ਜੀ ਡਿਟੇਲ ਦੇ ਵਿੱਚ ਗੱਲ ਦੱਸੋ ਬਲਵਿੰਦਰ ਜੀ ਮੈਂ ਇਹਦੇ ਨਾਲ ਇੱਕ ਹੋਰ ਐਡ ਆਨ ਕਰਦਾ ਤੁਹਾਡਾ ਇੱਕ ਨਿੱਜੀ ਚੈਨਲ ਦੇ ਉੱਤੇ ਇੱਕ ਇੰਟਰਵਿਊ ਆਉਂਦਾਗਾ ਉੱਥੇ ਤੁਸੀਂ ਜੋਗਿੰਦਰ ਸਿੰਘ ਅਗਰਾਹਾਂ ਦੀ ਵੀ ਗੱਲ ਕਰਦੇ ਆ ਫਿਰ ਜਿਹੜੀ ਉਹ ਘੁਮਾ ਕੇ ਸ਼ੱਕ ਦੀ ਸੂਈ ਤੁਹਾਡੇ ਦੋਨਾਂ ਤੇ ਆ ਕੇ ਖੜ ਜਾਂਦੀ ਆ ਵੀ ਇਹ ਫਿਰ ਕੋਈ ਨਾ ਕੋਈ ਗੱਲ ਕਰ ਰਹੇ ਨੇ ਪੁੱਠੀ ਸਿੱਧੀ ਕੁਛ ਵੀ ਉਹ ਮਤਲਬ ਨਿਕਲਦੇ ਨੇ ਮਤਲਬ ਉਹ ਕਲੀਅਰ ਕਰ ਗੱਲ ਇਹ ਹੈ ਕਿ ਉਹ ਜਿਹੜਾ ਇੰਟਰਵਿਊ ਸੀ ਹਾਂ ਉਹਦੇ ਵਿੱਚ ਮੈਂ ਇਹ ਦੱਸਿਆ ਕਿ ਆਹਾ ਕਿਸਾਨ ਜਥੇਬੰਦੀਆਂ ਆ ਗਈਆਂ ਜੀ ਠੀਕ ਹੈ ਜੀ ਤੇ ਜੋਗਿੰਦਰ ਸਿੰਘ ਅਗਰਾਹਾਂ ਜਿਹੜੇ ਹੈਗੇ ਆ ਮੈਨੂੰ ਉਮੀਦ ਹੈ ਵੀ ਉਹ ਵੀ ਆਉਣਗੇ ਔਰ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਹੈਨਾ ਹੁਣ ਪਹਿਲੀ ਗੱਲ ਤਾਂ ਇਹ ਵੀ ਮੈਂ ਕਿਸੇ ਨੂੰ ਆਉਣ ਵਾਸਤੇ ਹੀ ਕਿਹਾ ਕਿਸੇ ਨੂੰ ਧੱਕਾ ਤਾਂ ਨਹੀਂ ਮਾਰਿਆ ਬਿਲਕੁਲ ਠੀਕ ਹੈ ਸੈਕਿੰਡ ਗੱਲ ਇਹ ਆ ਕਿ ਅਗਰ ਉਹ ਆਪਦੀ ਗਲਤੀ ਨੂੰ ਮੰਨ ਕੇ ਸੁਧਾਰ ਕੇ ਆ ਜਾਂਦੇ ਆ ਜੀ ਤੇ ਮੈਂ ਹੁਣ ਵੀ ਤੁਹਾਡੇ ਚੈਨਲ ਤੇ ਕਹਿਣਾ ਕਿ ਉਹਦਾ ਸਵਾਗਤ ਹੈ ਕਿਉਂਕਿ ਉਹਨਾਂ ਪਿੱਛੇ ਲੱਗੇ ਜਿੰਨੇ ਵੀ ਲੋਕ ਨੇ ਜੀ ਠੀਕ ਹੈ ਜੀ ਔਰ ਉਹ ਖੁਦ ਵੀ ਕਹਿੰਦੇ ਆ ਵੀ ਮੈਂ ਅੰਮ੍ਰਿਤ ਛਕਿਆ ਹੋਇਆ ਠੀਕ ਹੈ ਮੈਂ ਖੁਦ ਉਹਨਾਂ ਦੀ ਵੀਡੀਓ ਸੁਣੀ ਹੈ ਉਹਨਾਂ ਦੇ ਮਗਰ ਲੱਗੇ ਹੋਏ ਜਿੰਨੇ ਵੀ ਬੰਦੇ ਨੇ ਉਹਨਾਂ 'ਚੋਂ ਇੱਕ ਵੀ ਬੰਦਾ ਨਹੀਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਕਰਦਾ ਹੋਵੇ ਔਰ ਅਗਲੀ ਗੱਲ ਜੇ ਉਹ ਨਹੀਂ ਆਉਂਦੇ ਤਾਂ ਮੈਂ ਤੁਹਾਡੇ ਚੈਨਲ 'ਤੇ ਹੀ ਕਹਿਣਾ ਕਿ ਲੋਕਾਂ ਨੂੰ 40 ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਛੱਡ ਕੇ ਉਹਨਾਂ ਵੱਲ ਚਲੇ ਜਾਣਾ ਚਾਹੀਦਾ ਜਿਹੜਾ ਅੱਜ ਪੰਜਾਬ ਦਾ ਪੁੱਤ ਨਹੀਂ ਠੀਕ ਹੈ ਉਹ ਕੱਲ੍ਹ ਨੂੰ ਵੀ ਪੰਜਾਬ ਦਾ ਪੁੱਤ ਨਹੀਂ ਗਾ ਠੀਕ ਹੈ 40 ਕਿਸਾਨ ਜਥੇਬੰਦੀਆਂ ਨੇ ਉਹ ਕਿਉਂ ਫਿਰ ਅਗਰਾਹਾਂ ਦੇ ਮਗਰ ਲੱਗੇ ਹੋਏ ਆ ਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਿਆਨ ਦੀ ਕਰਦੇ ਆ ਇਸੇ ਹੀ ਸਟੇਜ 'ਤੇ ਉਹਨਾਂ ਨੇ ਤਕਰੀਰ ਕਰਦੇ ਅਗਰਾਹਾਂ ਦੀ ਸਟੇਟਮੈਂਟ ਨੂੰ ਲੈ ਕੇ ਉਹਨਾਂ ਨੇ ਕਹਿਤਾ ਵੀ ਉਹ ਤਾਂ ਉਹ ਨੇ ਜਿਹੜੇ ਹੋਰਾਂ ਲਈ ਤਾਂ ਮੰਗ ਰਹੇ ਨੇ ਪਰ ਜਿਹੜੇ ਸਾਡੇ ਭਰਾ ਬੈਠੇ ਨੇ ਅੰਦਰ ਬੰਦੀ ਸਿੰਘ ਉਹਨਾਂ ਲਈ ਨਹੀਂ ਮੰਗ ਰਹੇ ਉਹਨਾਂ ਦੀ ਜਿਹੜੀ ਤਕਰੀਰ ਆ ਉਹਦੇ ਨਾਲ ਤੁਸੀਂ ਸਹਿਮਤ ਹੋ ਨਹੀਂ ਬਿਲਕੁਲ ਠੀਕ ਹੈ ਮੈਂ ਤਾਂ 100% ਸਹਿਮਤ ਹਾਂ ਵੀ ਜੇਕਰ ਅਸੀਂ ਉਹਨਾਂ ਦੀ ਵੀ ਮੰਗ ਰਹੇ ਹਾਂ ਉਹ ਬੇਕਸੂਰ ਬੁੱਧੀਜੀਵੀ ਨੇ ਅਸੀਂ ਕਹਿੰਦੇ ਹਾਂ ਵੀ ਉਹਨਾਂ ਨੂੰ ਸਰਕਾਰਾਂ ਨੇ UAPA ਲਾ ਕੇ ਇਸ ਕਰਕੇ ਅੰਦਰ ਦਿੱਤਾ ਕਿਉਂਕਿ ਉਹ ਸੱਚ ਬੋਲਦੇ ਆ ਜੀ ਗੁਰੂ ਸਾਹਿਬ ਕਹਿੰਦੇ ਆ ਜੋ ਜਾਗੇ ਸੇ ਉਭਰੇ ਸੂਤੇ ਗਏ ਮਹਾਏ ਸਰਕਾਰਾਂ ਚਾਹੁੰਦੀਆਂ ਲੋਕ ਸੁੱਤੇ ਰਹਿਣ ਜੀ ਉਹ ਬੁੱਧੀਜੀਵੀ ਕਹਿੰਦੇ ਆ ਲੋਕ ਜਾਗਣ ਉਹਨਾਂ ਤੇ UAPA ਲਾਈ ਅਸੀਂ ਉਹਨਾਂ ਦੀ ਵੀ ਰਿਹਾਈ ਮੰਗਦੇ ਹਾਂ ਪਰ ਜੇ ਜੋਗਿੰਦਰ ਸਿੰਘ ਅਗਰਾਹਾਂ ਅੱਜ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦੇ ਤਾਂ ਮੈਂ 100% ਜਿਹੜਾ ਹੈਗਾ ਅੰਮ੍ਰਿਤਪਾਲ ਸਿੰਘ ਦੇ ਬਿਆਨ ਦੇ ਨਾਲ ਸਹਿਮਤ ਹਾਂ ਮੰਗਣੀ ਚਾਹੀਦੀ ਹੈ ਜੀ ਹੁਣ ਪੰਜਾਬ ਤੁਹਾਥੋਂ ਇਹ ਮੰਗ ਰਿਹਾ ਚਾਹੇ ਉਹ ਲੋਕ ਅਧਿਕਾਰ ਲਹਿਰ ਹੋਵੇ ਚਾਹੇ ਉਹ ਬਾਪੂ ਗੁਰਚਰਨ ਸਿੰਘ ਹੋਣ ਚਾਹੇ ਉਹ ਵਾਰਸ ਪੰਜਾਬ ਦੀ ਜਥੇਬੰਦੀ ਹੋਵੇ ਤਲਵਾੜਾ ਜੀ ਹੋਣ ਚਾਹੇ ਉਹ ਵਾਰਸ ਪੰਜਾਬ ਦੀ ਜਥੇਬੰਦੀ ਭਾਈ ਅੰਮ੍ਰਿਤਪਾਲ ਸਿੰਘ ਹੋਣ ਚਾਹੇ ਉਹ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਹੋਣ ਜਾਂ ਹੋਰ ਜਿੰਨੇ ਲੋਕ ਨੇ ਜਿਹੜੇ ਅਕਾਲੀ ਦਲ ਬਾਦਲ 'ਚ ਵੀ ਕੁਛ ਚੰਗੇ ਹੋਣਗੇ ਲੋਕ ਤਾਂ ਉਹਨਾਂ ਨੂੰ ਸਟੇਜ 'ਤੇ ਇਕੱਠੇ ਦੇਖਣਾ ਚਾਹੁੰਦੇ ਆ ਅਤੇ ਉਹ
लोग कहते हैं भी ये सारे इकट्ठे होकर बंदी सिंह की रिहाई मंगण, ये लोग मंगण भी बेअदबी का जो इंसाफ है वह मंगण, वह कदों देखने को तस्वीर मिलेगी, वो की ब्लू प्रिंट है? देखो वो यत्नशील हाँ, वो की पॉइंट है जोड़ा वो जथेदार जगतार सिंह हवारा हुर की एक सोच है जी, वह कहें भी आगू कट्ठे कर लो, जे आगू कट्ठे नहीं होंगे संगत कट्ठी कर लो हाँ, ठीक है तो आगू आपे भजे आने जी, अज हुण पोजीशन यह है भी संगत कट्ठी हो गई है जी, आगू क्यू दे विच लगे हुए है, वह फोन करके पुछते हैं भी असी आ जाइए ठीक है, हुण मैं चलो चैनल ते ना नहीं लेना जी, बहुत वड्डे वड्डे तुरलिया वाले बहुत वड्डे वड्डे जिन्हां दे अगे पिछे गर्दां चलदियां सी ठीक है, वह कहिंदे आ भी असी आउण वास्ते रेडी आ है ना, हुण असी उहनां नूं इह कहा जी भी इत्थे आउण तों पहलां आपदे आप नूं साध लो पूरी तरहां ठीक है, कि इत्थे संगत ने जे कोई सवाल करना है जां असी कोई सवाल करना प्रबंधकां लो तां उहदा जवाब तुहानूं देना पैणा, जिमें बहुत वधिया ढंग दे नाल साडे एक प्रबंधक जिहड़े कि स्टेज ते सीगे उन्होंने बहुत साफ कहा अपने एस जी पी सी दे प्रधान साहब नूं जी, वह कहिंदे वी अकाल तख्त दा जथेदार 10 लख लोकां ने इकट्ठे होकर भाई जगतार सिंह हवारा नूं बनाया कि श्रोमणी गुरुद्वारा प्रबंधक कमेटी जिहड़ी जिहदे अधिकार खेत्र चों गल आउंदी आ उह मंनदी है तां उहदा जवाब नहीं सी दे सके, सो कहण दा भाव जिहदे कोले उलझाए गए सवालों का जवाब हैगा वह आ जाए ठीक है, नीयत साफ करके आवे, पर जेड़े कौम दे गुनाहगार ने ठीक है उन्होंने सज़ा जिहड़ी हैगी आ वह मिलने वास्ते जां दवाउण वास्ते असीं इत्थे बैठे हाँ जी ठीक है, तो जेड़े बंदे उस समय के दौरान जदों श्री गुरु ग्रंथ साहब जी की बेअदबी होंदी है तो दोषियों की पुश्त पनाई की जाती है जिस वेले मतलब पूरी कौम के उत्ते संकट हुंदा है ठीक है उन्हां नूं माफ़ी दित्ती जांदी है, सिक्खी दे सिधांतां नाल खिलवाड़ हुंदा है जी, अकाल तख्त साहब दी शान नूं ढह ढेरी कीता जा रहा हुंदा है हर रोज़ नवें एक्शन दे नाल, उस वेले गद्दियां ते बैठे रहे, उस वेले राजाशाही दीयां लज्जतां माणियां, आपदी जबान घुट के रखी, उह अज किहड़े मूंह नाल आउणगे सवाल तां इह है। इक सवाल हुण होर, तुसीं इत्थे चंडीगढ़ बैठे हो, चंडीगढ़ अथॉरिटी वल्लों चाहे उह गवर्नर साहब होण, पंजाब की अथॉरिटी वालों चाहे पंजाब के मुख्यमंत्री हो, हरियाणे की अथॉरिटी वालों चाहे हरियाणे के मुख्यमंत्री हो, उन्हां वालों तुहाडे नाल कोई राबता किया गया होवे, वर्बली किया गया होवे, लिख के किया गया कुछ हैगा? देखो पूरी इमानदारी नाल दसदे आ हाँ कि प्रशासन लिपापोची कर रहा जी भी असीं यतनशील हाँ हाँ, पर सरकार वालों डायरैक्टली कुछ भी आके मतलब नहीं किया गया उन्होंने नुमाइंदे वालों भी तुसीं गल करो हाँ असी थोड़े ना गल करना चाहते हैं, ओदी जेड़ी वजह है वो बहुत स्पष्ट है हाँ। बंदी सिंह रिहा ना करने संविधान की उलंघना है जी, ते एक कौम नू टारगेट बना के कीता गया धक्का है, ये तो एक इंच पिछे नहीं हटाया जा सकता ठीक है जी। नंबर दो ते श्री गुरु ग्रंथ साहब जी की बेअदबी का जिहड़ा कानून बनया वो तुसी विधानसभा च बनाया 2018 च जी, उहनू लागू किने करना है ठीक है, क्योंकि उहदे च तुसी गैर कानूनी काम कर रहे हो, विधानसभा का अपमान कर रहे हो हाँ। वो करना पऊ, वो करन तो बाद उन्हां केसां ते लागू करना पऊ जिहड़ियां 325 थावां ते बेअदबियां होईयां ने ठीक है, उन्हां केसां दी गंभीरता नूं देखदिआं होइआं जिन्हां जिन्हां केसां ते वो लागू करना बनदा है वो करना पऊ, फिर उदू बाद इह मामले फास्ट ट्रैक अदालतां च लिजाणे पैणगे, 7 साल हो गए तुसीं बरगाड़ी कांड जिहड़ा होइआ उहदा इंसाफ नहीं दित्ता, बुरज जवाहर सिंह वाला तो जिहड़ा मतलब भीड़ सरूप चोरी होए उदू बाद बेअदबी होई उहदा इंसाफ नहीं दित्ता, वह फास्ट ट्रैक अदालत बना के उहदे च लैके जाणा पऊ ठीक है, उदों गा जिहड़ा तुहाडी बनाई एस आई टी जिहड़ी सितंबर 2018 च बनी उहदी तफ्तीश है, तुहाडे बनाए कमिशन दीआं फाइंडिंग्स ने जी उहनां ते कारवाई किहने करनी है, ਤੁਸੀਂ ਉਹਦੇ 'ਤੇ ਡਿੱਕੇ ਖੜੇ ਕਰ ਰਹੇ ਹੋ, ਤੁਹਾਡਾ ਐਡਵੋਕੇਟ ਜਰਨਲ ਜਾ ਕੇ ਮਤਲਬ ਬੋਲਦਾ ਨਹੀਂ, ਘੁੰਗਣੀਆਂ ਪਾ ਲੈਂਦਾ ਮੂੰਹ 'ਚ, ਉਹ ਵੀ ਇਨਸਾਫ ਦੇਣਾ ਪਊ, 307-302 ਦੇ ਮੁਕੱਦਮੇ ਚਲਾਉਣੇ ਪੈਣਗੇ, ਚਲਾਣ ਕੇ ਕਵੇਸ਼ ਕਰਨਾ ਪਊ, ਟ੍ਰਾਇਲ ਸ਼ੁਰੂ ਕਰਾਉਣਾ ਪਊ, ਫਾਸਟ ਟ੍ਰੈਕ ਅਦਾਲਤ ਬਣਾਉਣੀ ਪਊ, ਫਿਰ ਉੱਠਾਂਗੇ। ਜਿਹੜਾ ਇੱਕ ਪੰਜਾਬ ਦਾ ਇੱਕ ਇਹ ਪੱਖ ਹਰਪਿੰਦਰ ਜੀ ਮੈਂ ਤੁਹਾਥੋਂ ਲਊਂਗਾ ਇਹਦਾ ਉੱਤਰ, ਉਹ ਦੇਖ ਰਿਹਾ ਹੈਗਾ ਵੀ ਮੋਰਚਾ ਲੱਗਿਆ ਹੋਇਆ ਠੀਕ ਹੈ ਇੱਥੇ, ਪਰ ਜਿਹੜੀ ਬੀਜੇਪੀ ਵੋਟ ਪੋਲਰਾਈਜੇਸ਼ਨ ਕਰ ਰਹੀ ਹੈ, ਕਿਉਂਕਿ ਜਿਮਣੀ ਚੋਣ ਵੀ ਆ ਗਈ ਇੱਕ, ਲੋਕ ਸਭਾ ਦੀ ਜਲੰਧਰ,
एक जिहड़ियां गांह लोक सभा दीआं चोणां आ रहीआं 24 लई जिहड़े ओह बीजेपी की तैयारी कर रही है वड्डे चेहरे भी जा रहे हैं चलो वो चेहरे जो भी हो नैगेटिव पॉजिटिव जिद्दां दे करदार आ उह ते नहीं आपां लवांगे उस ढंग नूं तुसीं किवें देख रहे हो वो तुहाडे ध्यान च हैगा गा देखो भाई जी साडा सब तो पहला तो लड़ाई ते फोकस आ जिहड़ी असीं लड़ रहे हैं जी दूसरी गल ये आ कि जिहड़ियां ये लड़ाइया ने राजनीतिक लड़ाइया ने हाँ वो की है सैकंडरी बाद का माके मसला रहेगा वह साडी कौम नाल संबंध कोई नहीं ये मैं तुहानूं सवाल तां करिया क्योंकि तुसीं वोटां दे विच हिस्सा लिया सीगा भी उसनूं लैके तुसीं किवें देख रहे हो तां ही मैं तुहानूं सवाल करिया गा भी जे इत्थों क्योंकि पंजाब नूं हजे भी एक राजनीतिक तौर दे उत्ते एक चेहरा तो चाहिए ही आ चाहे अज दे दो चाहे कल दे दो क्योंकि जे खेतरी पार्टी नहीं सूबे दे विच होऊगी तो फिर स्थिति है जिहड़ी डामाडोल रहनी है जे ये थोड़ा मुद्दा भी सॉल्व हो गया ठीक है बहुत खुशी की गल आ सारा सारा पंजाब बहुत खुश हो पर मुद्दे होर भी बहुत आ पानी नूं लैके मुद्दा गा होर बहुत सारे मुद्दे ने मैं तो भाई जी यही बेनती करना कि जिवें तुसीं गल कीते आ कि जदों ये मोर्चा जितया जाना जी तो इस मोर्चे चो किरदारां दी की आ लोकां नूं शनाख्त हो जाणी है वो किरदार अगे जाके कुछ भी सोसायटी दे विचरनगे भी देखो पंजाब नूं अज तक की हुण होया की अज तक जे असीं देखिए असीं पहलां भी यही कहिंदे रहे आ तुसीं गल जिक्र कीता कि वोटां च हिस्सा लिया असीं की आ लास्ट टाइम ते आके क्विट क्यों कीता सी क्योंकि असीं किसान जथेबंदियां नूं भी वार-वार यही बेनती कीती सी असीं डेमोक्रेसी नूं नहीं जाणदे असल दे विच की आ असीं बेहा लीडर चुण रहे आ जिवें पहलां कोई इक चुणदा हुण हुंदा हो की रिहा पहलां 117 ਐਮਐਲਏ ਦੀ ਜਿਹੜੀ ਚੋਣ ਕੌਣ ਕਰਦਾ ਬਾਦਲ ਕਰਦਾ ਦੂਜੇ ਪਾਸੇ ਕੀ ਆ ਰਾਹੁਲ ਗਾਂਧੀ ਕਰਦਾ ਤੀਸਰਾ ਕੀ ਆ ਕੇਜਰੀਵਾਲ ਕਰਦਾ ਤੇ ਉਹ ਬੰਦੇ ਕੀ ਆ ਜਦੋਂ ਲੋਕਾਂ 'ਚ ਆਉਂਦੇ ਆ ਤਾਂ ਉਹ ਪਹਿਲਾਂ ਚੁਣੇ ਹੋਏ ਹੁੰਦੇ ਅਸੀਂ ਤਾਂ ਬੇਹੇ ਨੂੰ ਚੁਣਦੇ ਹਾਂ ਤੇ ਬੇਹਾ ਜਦੋਂ ਚੁਣਦੇ ਆ ਤਾਂ ਉਹ ਸਾਡਾ ਸਕਾ ਨਹੀਂ ਹੁੰਦਾ ਕਿਉਂਕਿ ਜਿਹੜਾ ਉਹਨੂੰ ਪਹਿਲਾਂ ਚੁਣਦਾ ਜਿਹੜਾ ਟਿਕਟ ਦਿੰਦਾ ਜੇ ਕੇਜਰੀਵਾਲ ਕਹਿੰਦਾ ਜੇ ਮੈਂ ਕੁੱਤੇ ਦੇ ਗਲ 'ਚ ਪਾ ਦਿੰਦਾ ਟਿਕਟ ਤਾਂ ਉਹ ਵੀ ਜਿੱਤ ਜਾਂਦਾ ਤਾਂ ਮਸਲਾ ਇਹ ਆ ਅਸੀਂ ਤਾਂ ਸਿਰਫ ਇੱਕ ਸੋਚ ਲੈ ਕੇ ਨਿਕਲੇ ਸੀਗੇ ਲੋਕ ਡੈਮੋਕ੍ਰੇਸੀ ਨੂੰ ਸਮਝਣ ਜਿੰਨਾ ਚਿਰ ਅਸੀਂ ਅਸਲ ਲੋਕਤੰਤਰ ਨੂੰ ਨਹੀਂ ਸਮਝਦੇ ਸਾਡੇ ਗੁਰੂ ਨੇ ਸਾਨੂੰ ਲੋਕਤੰਤਰ ਸਿਖਾਇਆ ਸਾਡੇ ਗੁਰੂ ਨੇ ਕੀ ਆ ਲੋਕਾਂ ਦੇ ਵਿੱਚੋਂ ਕੀ ਆ ਪੰਜ ਪਿਆਰੇ ਹਰ ਧਰਮ ਦੇ ਵਿੱਚੋਂ ਆਏ ਸਾਡੇ ਗੁਰੂ ਨੇ ਜਿਹੜਾ ਵੀ ਮਾਕੇ ਫਲਸਫਾ ਦਿੱਤਾ ਸਾਨੂੰ ਸਾਰਾ ਡੈਮੋਕ੍ਰੇਸੀ ਦਾ ਫਲਸਫਾ ਦਿੱਤਾ ਤਾਂ ਮੈਂ ਕਹਿੰਦਾ ਕਿ ਪੰਜ ਪ੍ਰਧਾਨੀ ਦਾ ਜਿਹੜਾ ਫਲਸਫਾ ਜਿਹੜਾ ਪੰਜ ਪਿਆਰਿਆਂ ਦਾ ਫਲਸਫਾ ਉਹ ਵੀ ਡੈਮੋਕ੍ਰੇਸੀ ਆ ਡਿਕਟੇਟਰਸ਼ਿਪ ਤੋਂ ਮਾਕੇ ਕੀ ਹਰੇ ਗੁਰੂ ਸਾਹਿਬ ਨੇ ਵੀ ਮਨਾਹੀ ਕੀਤੀ ਆ ਇਸ ਮੋਰਚੇ ਦੀ ਜਿਹੜੀ ਖੂਬਸੂਰਤੀ ਹੈ ਇਹ ਵੀ ਇਹੀ ਆ ਕਿ ਮੋਰਚਾ ਇੱਕ ਬੰਦਾ ਨਹੀਂ ਚਲਾ ਰਿਹਾ ਇਹਨੂੰ ਸੰਗਤ ਚਲਾ ਰਹੀ ਆ ਸੰਗਤੀ ਰੂਪ ਚਲਾਇਆ ਜਾ ਰਿਹਾ ਅਸਲ ਦੇ ਵਿੱਚ ਜਦੋਂ ਲੋਕ ਇਹਨਾਂ ਚੀਜ਼ਾਂ ਨੂੰ ਸਮਝ ਜਾਣਗੇ ਤਾਂ ਵੋਟਾਂ ਦਾ ਬੜੀ ਛੋਟੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਰਾਜਨੀਤਿਕ ਧਿਰ ਦੀ ਬੜੀ ਛੋਟੀ ਗੱਲ ਆ ਇਸ ਮੋਰਚੇ ਦੇ ਵਿੱਚੋਂ ਪੰਜਾਬ ਜਿਹੜਾ ਕੀ ਹੈ ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਨੇ ਉਹ ਰੰਗਲੇ ਪੰਜਾਬ ਦਾ ਜਿਹੜਾ ਅਸਲ ਨਕਸ਼ਾ ਉਹ ਇਸੇ ਮੋਰਚੇ ਦੀ ਜਿੱਤ ਤੋਂ ਬਾਅਦ ਉੱਭਰਦਾ ਕਿਉਂਕਿ ਲੋਕਾਂ ਨੂੰ ਕੀ ਆ ਬੜੀ ਵੱਡੀ ਲੋਕਾਂ ਦੀ ਇੱਥੇ ਸਕੂਲਿੰਗ ਹੋ ਰਹੀ ਆ ਪਹਿਲਾਂ ਵੀ ਦੱਸਿਆ ਵੀ ਜਿੰਨਾ ਇਹ ਮੋਰਚਾ ਲੰਬਾ ਚੱਲਣਾ ਉਨੀ ਕੌਮ ਮਜ਼ਬੂਤ ਹੋਣੀ ਆ ਇਹ ਤਾਂ ਇੱਕ ਤੁਸੀਂ ਜਿਮਨੀ ਚੋਣ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਕਿ ਆਉਣ ਵਾਲੇ ਟਾਈਮ ਦੇ ਜਦੋਂ ਲੋਕਾਂ ਨੇ ਇੱਥੋਂ ਜਿੱਤ ਕੇ ਜਾਣਾ ਜਿਵੇਂ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਇੱਕ ਆਸ ਸੀ ਕਿਸਾਨ ਆਗੂਆਂ ਤੋਂ ਪਰ ਕਿਸਾਨ ਆਗੂਆਂ ਨੇ ਨਿੱਜ ਅੱਗੇ ਰੱਖਿਆ ਉਹਨਾਂ ਨੇ ਟਿਕਟਾਂ ਸਭ ਤੋਂ ਪਹਿਲੀਆਂ ਟਿਕਟਾਂ ਆਪਦੀਆਂ ਅਨਾਊਂਸ ਕੀਤੀਆਂ ਅਸੀਂ ਕਹਿੰਦੇ ਹਾਂ ਕਿ ਸੰਗਤ ਜਦੋਂ ਕੀ ਹੈ ਆਗੂ ਚੁਣੂਗੀ ਸੰਗਤ ਕੀ ਹੈ ਖੁਦ ਪਹਿਲਾਂ ਇੰਟਰਨਲ ਡੈਮੋਕ੍ਰੇਸੀ ਲੋਕ ਸਮਝ ਜਾਣਗੇ ਤਾਂ ਉਸ ਢੰਗ ਦੇ ਨਾਲ ਜਦੋਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਸ ਮੋਰਚੇ ਦੇ ਵਿੱਚੋਂ ਬਹੁਤ ਕੁਝ ਸਿੱਖ ਕੇ ਜਾਣਗੇ ਅਤੇ ਸਾਨੂੰ ਕੀ ਇਸ ਗੱਲ ਦਾ ਯਕੀਨ ਆ ਕਿ ਇਸ ਮੋਰਚੇ ਦੇ ਵਿੱਚੋਂ ਬੜੇ ਲੋਕ ਜਿਹੜੇ ਹੈਗੇ ਆ ਜਿਹੜੇ ਅਸਲ ਕਿਰਦਾਰਾਂ ਵਾਲੇ ਲੋਕ ਹੋਣਗੇ ਮੈਂ ਪਹਿਲਾਂ ਤਾਂ ਹੀ ਗੱਲ ਕਰਤੀ ਕਿ ਕਮਜ਼ੋਰ ਲੱਤਾਂ ਵਾਲਾ ਇੱਥੇ ਬੰਦਾ ਆ ਨਹੀਂ ਸਕਣਾ ਅਤੇ ਜਿਹੜਾ ਆਊਗਾ ਉਹਦੇ ਕੋਲ ਲੋਕਾਂ ਦੇ ਸਵਾਲਾਂ ਦੇ ਜਵਾਬ ਹੋਣਗੇ ਤੁਹਾਡੀਆਂ ਲੱਤਾਂ ਤਾਂ ਨਹੀਂ ਕਮਜ਼ੋਰ ਹੋਣਗੀਆਂ ਸਾਡੀਆਂ ਕਮਜ਼ੋਰ ਲੱਤਾਂ ਜੇ ਹੁੰਦੀਆਂ ਫਿਰ ਬਾਈ ਜੀ ਮੈਂ ਕਹਿੰਦਾ ਵੀ ਅਸੀਂ ਇੱਥੇ ਖੜਨਾ ਨਹੀਂ ਸੀ ਬਾਈ ਜੀ ਨੇ ਵੀ ਗਵਰਨਮੈਂਟ ਜੋਬ ਛੱਡੀ ਆ ਖੁਦ ਮੈਂ ਕੀ ਆ ਸਰਕਾਰੀ ਸਰਵਿਸ ਦੇ ਵਿੱਚ ਸੀ ਤਾਂ ਅਸੀਂ ਜਿਹੜੀ ਇਹ ਲੜਾਈ ਲੜਨ ਵਾਸਤੇ ਇੱਥੇ ਖੜੇ ਹਾਂ ਠੀਕ ਹੈ ਸਾਨੂੰ ਕੀ ਆ ਜਿਵੇਂ ਤੁਸੀਂ ਗੱਲ ਕੀਤੀ ਕਿ ਲੋਕ ਲਾਂਛਣ ਲਾਉਂਦੇ ਆ ਸਾਡੇ ਤੇ 100 ਕਮੈਂਟ ਕਰਦੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ ਅਸੀਂ ਸਿਰਫ ਗੁਰੂ ਦਾ ਉਟਾਸਰਾ ਲੈ ਕੇ ਬੈਠਾ ਸਾਨੂੰ ਗੁਰੂ ਤੇ ਯਕੀਨ ਆ ਤੇ ਸੰਗਤ ਤੇ ਯਕੀਨ ਆ ਜਿਹੜੇ ਸਾਡੇ ਤੇ ਕਮੈਂਟ ਕਰਦੇ ਤੁਸੀਂ ਮੋਸਟਲੀ ਚੈੱਕ ਕਰਕੇ ਦੇਖ ਲਓ ਉਹਨਾਂ ਦੇ ਪਿੱਛੇ ਜਿਹੜੀਆਂ ਤਸਵੀਰਾਂ ਲੱਗੀਆਂ ਹੋਣਗੀਆਂ ਸੁਖਵੀਰ ਬਾਦਲ ਨਾਲ ਹੋਣਗੀਆਂ ਜਾਂ ਕਿਸੇ ਅਕਾਲੀ ਆਗੂਆਂ ਨਾਲ ਹੋਣਗੀਆਂ ਜਿਹਨੂੰ ਵੀ ਟਾਰਗੇਟ ਇਸ ਮੋਰਚੇ ਦੇ ਵਿੱਚ ਜਦੋਂ ਕਿਸੇ ਦੀ ਗੱਲ ਕਰੋਗੇ ਤਾਂ ਉਹਨਾਂ ਦੇ ਜਿਹੜੇ ਚੇਲੇ ਨੇ ਮੈਂ ਕਹਿੰਦਾ ਚਮਚਿਆਂ ਦੀ ਗੱਲ ਕਰਦਾ ਹੁੰਦਾ ਤਾਂ ਉਹ ਲੋਕਾਂ ਨੇ ਸਾਨੂੰ ਕੀ ਹੈ ਟਾਰਗੇਟ ਕਰਨਾ ਸਾਨੂੰ ਕਿਸੇ ਦੀ ਪਰਵਾਹ ਨਹੀਂ ਪਰ ਸਾਨੂੰ ਸੰਗਤ ਤੇ ਭਰੋਸਾ ਤੇ ਗੁਰੂ ਸਾਹਿਬ ਦੇ ਭਰੋਸਾ ਤੇ ਸਾਡੇ ਜਰਨੈਲ ਤੇ ਭਰੋਸਾ ਉਹ ਜਰਨੈਲ ਨੇ ਹਰ ਚੀਜ਼ ਸਾਨੂੰ ਨਿਰਦੇਸ਼ਿਤ ਕਰਕੇ ਦਿੱਤੀ ਆ ਹੁਣ ਜੇਲ੍ਹ ਚੋਂ ਚਿੱਠੀ ਆਈ ਆ ਹਰ ਚੀਜ਼ ਵਾਸਤੇ ਜਿਵੇਂ ਉਹ ਗਾਈਡ ਕਰਦੇ ਉਸੇ ਤਰੀਕੇ ਨਾਲ ਇਹ ਮੋਰਚਾ ਚੱਲ ਰਿਹਾ ਸੰਗਤ ਸਾਥ ਦੇ ਬਾਕੀ ਤੁਹਾਡੇ ਜਰੀਏ ਨਾ ਇੱਕ ਗੱਲ ਹੋਰ ਵੀ ਦੱਸ ਦੇਣੀ ਚਾਹੁੰਦੇ ਆ ਤੁਸੀਂ ਗੱਲ ਕੀਤੀ ਵੋਟਾਂ ਦੇ ਧਰੂਵੀਕਰਨ ਦੀ ਜੀ ਉਹਦੇ ਤੇ ਪੂਰੀ ਨਿਗਾਹ ਸਾਡੀ ਹਾਂ ਠੀਕ ਹੈ ਮਤਲਬ ਜੋ ਭਾਜਪਾ ਕਰ ਰਹੀ ਹੈ ਵੋਟਾਂ ਦੇ ਧਰੂਵੀਕਰਨ ਲਈ ਕਿਸੇ ਵੀ ਤਰੀਕੇ ਨਾਲ ਕਰ ਰਹੀ ਹੈ ਉਹਦੇ ਤੇ ਪੂਰੀ ਨਿਗਾਹ ਔਰ ਉਹਨੂੰ ਅਸੀਂ ਜਿਹੜਾ ਹੈਗਾ ਮਤਲਬ ਉਹਨੂੰ ਰੋਕਾਂਗੇ ਠੀਕ ਹੈ ਔਰ ਇੱਥੇ ਹਿੰਦੂ ਵੀ ਆਏਗਾ ਇੱਥੇ ਜਿਹੜਾ ਐਸੀ ਸਮਾਜ ਹੈ ਉਹ ਵੀ ਆ ਰਿਹਾ ਠੀਕ ਹੈ ਅਸੀਂ ਸਾਰੇ ਲੋਕਾਂ ਨੂੰ ਲੈ ਕੇ ਚੱਲਾਂਗੇ ਨਾਲ ਠੀਕ ਹੈ ਅਸੀਂ ਇਹਦੇ ਤੋਂ ਪੂਰੀ ਤਰ੍ਹਾਂ ਸੁਚੇਤ ਹਾਂ ਔਰ ਇਕੱਲੇ ਪੰਜਾਬ 'ਚ ਸੁਚੇਤ ਨਹੀਂ ਹਾਂ ਅਸੀਂ ਹਰਿਆਣੇ 'ਚ ਵੀ ਸੁਚੇਤ ਹਾਂ ਯੂਪੀ 'ਚ ਵੀ ਸੁਚੇਤ ਹਾਂ ਔਰ ਰਾਜਸਥਾਨ 'ਚ ਵੀ ਸੁਚੇਤ ਹਾਂ ਠੀਕ ਹੈ ਔਰ ਦੇਸ਼ ਦੇ ਵਿੱਚ ਮਤਲਬ ਜਿਹੜੇ ਕਾਂਗਰਸ ਤੋਂ ਅਤੇ ਭਾਜਪਾ ਤੋਂ ਇਲਾਵਾ ਇੱਕ ਤੀਜਾ ਬਦਲ ਵੀ ਉੱਭਰ ਸਕਦਾ ਠੀਕ ਹੈ ਸਾਡੇ 'ਚ ਜਿੰਨਾ ਜ਼ੋਰ ਹੋਇਆ ਅਸੀਂ ਯਤਨ ਕਰਾਂਗੇ ਕਿ ਅਸੀਂ ਉਹਨਾਂ ਆਗੂਆਂ ਨੂੰ ਵੀ ਇਸ ਮੋਰਚੇ 'ਚ ਲਿਆ ਕੇ ਹਮਾਇਤ ਲਈਏ
ਅਸੀਂ ਉਹ ਵੀ ਕਰਾਂਗੇ ਜੀ। ਅਸੀਂ ਹਰ ਉਸ ਜਗ੍ਹਾ ਤੱਕ ਪਹੁੰਚਣ ਦਾ ਯਤਨ ਕਰਾਂਗੇ ਜੀ ਜਿਹਦੇ ਨਾਲ ਸਾਡੇ ਬੰਦੀ ਸਿੰਘ ਰਿਹਾ ਹੋ ਜਾਣ ਔਰ ਸਾਨੂੰ ਇਨਸਾਫ਼ ਮਿਲ ਜਾਵੇ। ਪਰ ਸਾਰਾ ਪੰਜਾਬ ਇਹੀ ਕਹਿ ਰਿਹਾ ਹੈਗਾ ਵੀ ਤੁਸੀਂ ਆਪਣਾ ਨਿੱਜ ਨਾ ਪਾਰੀ ਕਰ ਲਿਓ, ਕਿਉਂਕਿ ਪੰਜਾਬ ਨੇ ਪਹਿਲਾਂ ਬਹੁਤ ਸਾਰੇ ਧੋਖੇ ਖਾਧੇ ਆ, ਜਾਂ ਲੋਕਾਂ ਨੇ ਕਹਿ ਦਈਏ ਆਪਾਂ ਬਹੁਤ ਸਾਰੇ ਧੋਖੇ ਖਾਧੇ ਆ, ਫਿਰ ਜਦੋਂ ਲੋਕਾਂ ਦਾ ਦਿਲ ਟੁੱਟਦਾ ਗਾ ਉਹਦੇ ਨਤੀਜੇ ਅਸੀਂ ਆ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖੇ ਆ। ਇਹ ਸਾਰਾ ਕੁਛ ਭਵਿੱਖ ਦੀ ਬੁੱਕਲ 'ਚ ਹੈ। ਹਾਂ, ਅਸੀਂ ਅੱਜ ਕੇਵਲ ਇੰਨਾ ਹੀ ਕਹਿ ਸਕਦੇ ਹਾਂ ਜੀ ਕਿ ਅਸੀਂ ਕੁਝ ਨਹੀਂ ਹਾਂ। ਸਾਨੂੰ ਇੰਨੀ ਸਮਝ ਹੈਗੀ ਹੈ ਕਿ ਇਹ ਲੜਾਈ ਹੁਣ ਚੌਧਰਾਂ ਦੀ ਨਹੀਂ, ਸਾਡੀ ਮਿਟ ਰਹੀ ਹੋਂਦ ਕੌਮ ਅਤੇ ਪੰਜਾਬ ਦੇ ਉੱਤੇ ਮੰਡਰਾ ਰਹੇ ਸੰਕਟਾਂ ਦੀ ਹੈ, ਜਿਹੜੇ ਕਿ ਬਹੁਤ ਗਹਿਰੇ ਹੋ ਚੁੱਕੇ ਆ। ਇਹ ਕੇਵਲ ਨਾ ਅਸੀਂ ਦੋਵੇਂ ਜਾਣੇ ਬਲਕਿ ਬਾਕੀ ਦੇ ਜਿੰਨੇ ਆਗੂ ਜੀ, ਤਾਲਮੇਲ ਕਮੇਟੀ ਦੇ ਮੈਂਬਰ ਔਰ ਹਰ ਰੋਜ਼ ਸਾਡੇ ਨਾਲ ਰਾਤ ਨੂੰ ਪਹਿਰਾ ਦਿੰਦੇ ਨੌਜਵਾਨ ਅਤੇ ਇੱਥੇ ਟਰਾਲੀਆਂ 'ਚ ਸੌਂਦੇ ਬੰਦੇ ਜਿਹੜੇ ਹੈਗੇ ਆ, ਉਹ ਸਾਰਿਆਂ ਦੀ ਸਕੂਲਿੰਗ ਕਰ ਰਹੇ ਹਾਂ ਔਰ ਹੋਰ ਵੀ ਉਹਨੂੰ ਮਜ਼ਬੂਤ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋਰਚਾ ਬਹੁਤ ਭਵਿਆ ਅਤੇ ਬਹੁਤ ਵੱਡਾ ਹੋਏਗਾ ਜੀ। ਤੁਸੀਂ ਦੋਵੇਂ ਭਰਾਵਾਂ ਨੇ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਲੋਕਾਂ ਦੀਆਂ ਆਸਾਂ 'ਤੇ ਪੂਰੇ ਉਤਰੋ। ਧੰਨਵਾਦ ਜੀ। ਧੰਨਵਾਦ।